गुरु गुरुपूर्ण नारायण गुरु समरथ दयाल गुरु गुरु नानक पतत उदारण कमल करामत कायम करी रजा बख्श राज कर हको रही अमा बख्शो बख्शिंद वो दस्तगी रजा बख्श रोजी देहो दिल पाजी साहब जी की पवित्र गोद विच विराजमान गुरु स्वरूप गुरु प्यारी खालसा साध संगत जी फतेह प्रवान करो वाहगुरु जी का खालसा वाहगुरु जी की फतेह। धन धन श्री गुरु ग्रंथ साहिब सच्चे पातशाह जी दी छत्र छाया हेठ आप सरबत संगतां वल्लों समूह जिथे बेअंत बाणी पढ़न वाले कीर्ति गाउन वाले महापुरश होए ने उथे सिपाहियां दी गिणती भी शहीदां दी गिणती भी लखां दे विच है। कल दा दिन ऐसा सी 21 मार्च ओ दिन सी जिस दिन कुल कायनात दे मालक गुरु गोबिंद सिंह साहिब सच्चे पातशाह दे लई महापुरश बाबा जिसनू पीर भी कहिंदे हो बुद्धू शाह बाबा बुद्धू शाह पीर बाबा बुद्धू शाह एक पंज वगत दा निमाजी महापुरश जिसने कलगीधर पातशाह दे लई उस सच्चे पीर दे लई कुल कायनात दे मालक दे लई शहादत दी अवधि माणी है। कल दे दिन ओ महापुरशां दी शहादत हुई सी 1704 ते 21 मार्च वाले दिन मुगलिया सल्तनत दे कलगीधर पातशाह दा पक्ष पूरन दे लई गुरु महाराज दा साथ देण करके उस महापुरश नूं शहीद कर दिता सी। आओ उस महापुरश दी अगमी ताकत दे नाल उहदे अगमी जीवन दे नाल सांझ पाउण दा जतन करिए। गुरु गोबिंद सिंह सच्चे पातशाह ऐसी लो दे सहत होए ने ऐसे दीवे सन जिन्हां दे उत्तों लखां पतंगियां ने जाना वारियां ने। हिंदू की सिख की ते मुसलमान की जेड़ा भी उहदे दीदारे कर लैंदा सी फिर दूसरा कोई ऐसा दर नहीं सी जिथे कदे उह सिर झुकिया होवे जेड़ा एक वार कलगीधर दे दर ते झुक गया होवे। ये ठीक है पाए गहे जब ते तुमरे तब ते को आंख तरे नहीं आने ओ राम रहीम पुराण कुरान अनेक कह मत एक ना माने ओ सिमरत शास्त्र वेद सब बहु भेद कह हम एक ना जाने ओ श्रीयस पान श्री असपान कृपा तुमरी कर मैं ना कहो सब तोहे बखाने दे अर्थ की ने पाए गहे जदों दे तेरे चरण फड़ ले ने कलगीधर जदों दे तेरे चरण फड़े ने
ਇਹ ਜਿਹੜੀ ਅੱਖ ਹੈ ਜਦੋਂ ਦੀ ਤੇਰੇ ਦਰ ਤੇ ਝੁਕੀ ਹੈ ਹੋਰ ਕਿਸੇ ਦਰ, ਕਾਇਨਾਤ ਦੇ ਬ੍ਰਹਿਮੰਡ ਦੇ ਸ਼ੁਰੂ ਤੋਂ ਲੈ ਕੇ ਤੇ ਇਹ ਸਮੁੱਚਾ ਬ੍ਰਹਿਮੰਡ ਰਵੇ ਜਾਂ ਨਾ ਰਵੇ ਮਿੱਟੀ ਵਿੱਚ ਰੁਲ ਜਾਵੇ, ਆਦ ਤੋਂ ਅੰਤ ਤੱਕ ਜੇ ਕੋਈ ਬ੍ਰਹਿਮੰਡ ਦਾ ਮਾਲਕ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਹੈ। ਨੰਦ ਲਾਲ ਕਿਸੇ ਦੂਜੇ ਰੱਬ ਨੂੰ ਨਹੀਂ ਜਾਣਦਾ। ਅਗਰ ਕੋਈ ਰੱਬ ਹੈ ਦੁਨੀਆਂ ਤੇ ਉਹ ਗੁਰੂ ਗੋਬਿੰਦ ਸਿੰਘ ਹੈ। ਅਗਰ ਕੋਈ ਦੁੱਖ ਸੁੱਖ ਤੋਂ ਰਹਿਤ ਹੈ, ਨਾ ਬਾਬਾ ਅਜੀਤ ਸਿੰਘ ਦੇ ਅਵਤਾਰ ਦੀ ਖੁਸ਼ੀ ਤੇ ਨਾ ਬਾਬਾ ਅਜੀਤ ਸਿੰਘ ਦੀ ਛਾਤੀ ਵਿੰਨੀ ਜਾਣਦਾ ਕੋਈ ਗਮ ਹੈ, ਅਗਰ ਇਹ ਬਰਕਤਾਂ ਨੇ ਤੇ ਗੁਰੂ ਗੋਬਿੰਦ ਸਿੰਘ ਵਿੱਚ ਨੇ, ਨਹੀਂ ਤੇ ਖੁਸ਼ੀ ਦੇ ਦਿਨ ਲੋਕ ਕੋਠਿਆਂ ਤੇ ਚੜ੍ਹ ਕੇ ਨੱਚਦੇ ਨੇ। ਕਿਤੇ ਉਹੀ ਜੰਮਿਆ ਕਾਕਾ ਮੌਤ ਦੇ ਮੂੰਹ ਚਲਿਆ ਜਾਵੇ ਤੇ ਕੰਧਾਂ ਵਿੱਚ ਟੱਕਰਾਂ ਮਾਰ ਕੇ ਲੋਕ ਮਰ ਜਾਂਦੇ ਨੇ। ਜੇ ਬਾਬਾ ਅਜੀਤ ਸਿੰਘ ਦਾ ਅਵਤਾਰ ਹੁੰਦਾ ਹੈ ਤੇ ਤੂੰ ਜਕਾਰੇ ਛੱਡਦਾ ਹੈ, ਤੇ ਜੇ ਬਾਬਾ ਅਜੀਤ ਸਿੰਘ ਦੀ ਛਾਤੀ ਵਿੰਨੀ ਜਾਂਦੀ ਹੈ, ਸ਼ਾਬਾਸ਼ ਪਿਸਰ ਖੂਬ ਦਾ ਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ। ਛਾਤੀ ਵਿੰਨੀ ਵੀ ਗਈ ਤੇ ਚਮਕੌਰ ਦੀ ਗੜੀ ਵਿੱਚ ਅਟਾਰੀ ਤੇ ਖਲੋਤੇ ਨੇ, ਜਕਾਰੇ ਹੀ ਛੱਡੇ ਨੇ, ਅੱਖਾਂ ਚੋਂ ਮੋਤੀ ਨਹੀਂ ਸੁੱਟਿਆ, ਹੋਰ ਰੱਬ ਕਿਹੜਾ ਹੁੰਦਾ ਹੈ ਦੱਸੋ। ਰੱਬ ਦਾ ਰੁਤਬਾ ਐਸਾ ਹੈ, ਨਾ ਗਮੀ ਨਾ ਖੁਸ਼ੀ, ਅਸਰ ਕੋਈ ਨਹੀਂ ਹੈ। ਤੇ ਜਿੰਨੇ ਕੁ ਅਸੀਂ ਰੱਬ ਬਣਾ ਲੈਂਦੇ, ਦੇਹਧਾਰੀਆਂ ਨੂੰ ਗੁਰੂ ਬਣਾ ਲੈਂਦੇ, ਮਾੜਾ ਜਿਹਾ ਕਿਤੇ ਕੰਡਾ ਚੁੱਭ ਜਾਵੇ, ਮਾੜਾ ਜਿਹਾ ਕਿਤੇ ਦੁੱਖ ਜੀਵਨ ਕਾਲ ਵਿੱਚ ਆ ਜਾਵੇ, ਕਿਤੇ ਮਾੜਾ ਜਿਹਾ ਵੀ ਦੇਵ ਨੇਤ ਦਾ ਐਸਾ ਜ਼ੋਰ ਪਵੇ, ਜੀਵਨ ਕਾਲ ਵਿੱਚ ਮਖਮਲੀ ਸੇਜਾਂ ਦੀ ਜਗ੍ਹਾ ਕੰਡੇ ਆ ਜਾਣ ਤੇ ਹਾਲ ਦੁਆਈ ਬੰਦਾ ਮਚਾਉਂਦਾ ਹੈ ਤੇ ਅਸੀਂ ਉਹਨੂੰ ਗੁਰੂ ਬਣਾਇਆ ਹੁੰਦਾ। ਇਹ ਜਿਹੜੇ ਅਸੀਂ ਗੁਰੂ ਬਣਾਏ ਨੇ, ਇਹਨਾਂ ਨੂੰ ਪੁੱਛਿਓ ਵੀ ਕੋਈ ਸਾਡੇ ਗੁਰੂ ਅਰਜਨ ਸਾਹਿਬ ਵਾਂਗ ਤੱਤੀ ਤਵੀ ਤੇ ਬਹਿ ਸਕਦਾ ਹੈ? ਇਹ ਪੁੱਛਿਓ, ਅੱਜ ਕੱਲ੍ਹ ਵਾਹਵਾ ਬਣੇ ਫਿਰਦੇ ਨੇ, ਪਿੱਛੇ ਜੇ ਇੱਕ ਡੁੱਬ ਵੀ ਗਿਆ ਹੈ। ਪੁੱਛਿਓ, ਗੁਰੂ ਗੋਬਿੰਦ ਸਿੰਘ ਨੇ ਭਾਰਤ ਵਰਸ਼ ਦੀ ਇਨਸਾਨੀਅਤ ਦੀ ਰੱਖਿਆ ਲਈ ਸਮੁੱਚੀ ਕਾਇਨਾਤ ਅੰਦਰ ਹਰ ਇੱਕ ਘਰ ਦੇ ਚਿਰਾਗ ਬਲਦੇ ਰੱਖਣ ਲਈ ਘਰ ਦੇ ਚਾਰ ਦੀਵੇ ਬੁਝਾਏ ਨੇ, ਤੂੰ ਇੱਕ ਵੀ ਬੁਝਾ ਸਕਦਾ ਕਿਸੇ ਬਦਲੇ? ਪੁੱਛਿਓ, ਗੁਰੂ ਗੋਬਿੰਦ ਸਿੰਘ ਨੇ ਥਾਪੜਾ ਦੇ ਕੇ ਚਿੜੀਆਂ ਕੋਲੋਂ ਬਾਜ ਤੜਵਾਏ ਨੇ, ਬਚਿੱਤਰ ਸਿੰਘ ਵਰਗੇ ਮਾਮੂਲੀ ਬੰਦਿਆਂ ਕੋਲੋਂ ਹਾਥੀ ਢਵਾਏ ਨੇ, ਗੁਰੂ ਗੋਬਿੰਦ ਸਿੰਘ ਨੇ ਥਾਪੜਾ ਦੇ ਕੇ ਕੱਲੇ ਕੱਲੇ ਸਿੰਘ ਨੂੰ 1,25,000 ਨਾਲ ਲੜਾਇਆ ਹੈ, ਤੂੰ ਥਾਪੜਾ ਦੇ ਪੰਜਾਂ ਨਾਲ ਹੀ ਲੜਾ ਕੇ ਵਿਖਾ ਦੇ ਇੱਕ ਨੂੰ, ਗੁਰੂ ਬਣਾ ਲਿਆ ਜੇ। ਭਾਈ ਨੰਦ ਲਾਲ ਕਹਿੰਦੇ, ਅਗਰ ਕੋਈ ਕਾਇਨਾਤ ਦਾ ਮਾਲਕ ਹੈ, ਸੱਚਾ ਗੁਰੂ ਹੈ, ਸੁਲਤਾਨੁਲ ਅਵਲ ਵਲ ਆਖਿਰ, ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਤੇ ਜਿਸ ਦਿਨ ਦਾ ਗਜ਼ਨੀ ਤੋਂ ਚੱਲ ਕੇ ਉਹਦੇ ਦਰ ਤੇ ਆਇਆ ਹਾਂ, ਜਦੋਂ ਦੇ ਉਹਦੇ ਚਰਨ ਫੜ ਲਏ ਨੇ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ, ਇਹ ਅੱਖ ਹੋਰ ਦਰ ਤੇ ਝੁਕਣਾ ਹੀ ਛੱਡ ਗਈ ਹੈ ਜਦੋਂ ਗੁਰੂ ਗੋਬਿੰਦ ਸਿੰਘ ਅੱਗੇ ਝੁਕੀ ਹੈ। ਬੜਾ ਬੁਲੰਦ ਰੁਤਬਾ ਹੈ। ਕਿਸੇ ਹਿੰਦੂ ਨੂੰ ਪੜ੍ਹ ਲਵੋ, ਮੁਸਲਮਾਨ ਨੂੰ ਪੜ੍ਹ ਲਵੋ, ਸਿੱਖ ਨੂੰ ਪੜ੍ਹ ਲਵੋ, ਗੁਰੂ ਗੋਬਿੰਦ ਸਿੰਘ ਵਰਗੀ ਵਡਿਆਈ ਤਿੰਨਾਂ ਲੋਕਾਂ ਵਿੱਚ ਕਿਸੇ ਗੁਰੂ ਪੀਰ ਦੀ ਨਹੀਂ ਹੈ, ਕਿਸੇ ਰਹਿਬਰ ਦੀ ਨਹੀਂ ਹੈ। ਪੀਰ ਬਾਬਾ ਬੁੱਧੂ ਸ਼ਾਹ ਪੰਜ ਵਕਤ ਦਾ ਨਮਾਜ਼ੀ ਹੈ, ਪਰ ਗੁਰੂ ਗੋਬਿੰਦ ਸਿੰਘ ਦੇ ਦੀਦਾਰੇ ਕੀ ਹੋ ਗਏ, ਗੁਰੂ ਗੋਬਿੰਦ ਸਿੰਘ ਤੋਂ ਇੱਕ ਰੰਚਕ ਮਾਤਰ ਵੀ ਦੂਰ ਹਟਣ ਦਾ ਦਿਲ ਨਹੀਂ ਕਰਦਾ ਇਹਦਾ, ਕਿਉਂਕਿ ਐਸੀ ਬਰਕਤ, ਐਸੀ ਤਾਕਤ ਦਾ ਮੁਜੱਸਮਾ ਇਹਨੇ ਕਦੇ ਡਿੱਠਾ ਨਹੀਂ ਹੈ। ਕੋਈ ਮਾਮੂਲੀ ਬੰਦਾ ਨਹੀਂ ਹੈ ਪੀਰ ਬੁੱਧੂ ਸ਼ਾਹ। ਥੋੜ੍ਹਾ ਜਿਹਾ ਧਿਆਨ ਦਿਓ ਇਸ ਗੱਲ ਵੱਲ। ਭਾਰਤ ਵਰਸ਼ ਦੀ ਧਰਤੀ ਦੇ ਉੱਤੇ ਉਸ ਮਹਾਂਪੁਰਸ਼ ਦਾ ਆਗਾਜ਼ ਹੋਇਆ ਹੈ ਤੇ ਨਾਮ ਉਹਦਾ ਹੈ ਸੈਯਦ ਸ਼ਾਹ ਬਦਰੂਦੀਨ। ਸੈਯਦਾਂ ਦੀ ਕੁੱਲ ਬੜੀ ਉੱਚੀ ਸੂਚੀ ਹੈ ਇਸਲਾਮ ਜਗਤ ਵਿੱਚ। ਸੈਯਦਾਂ ਦੀ ਕੁੱਲ ਵਿੱਚ ਪੈਦਾ ਹੋਏ 13 ਜੂਨ
ਤੇ 1647 ਦੇ ਵਿੱਚ। ਅੱਛਾ, ਬਚਪਨ ਤੋਂ ਛਡੌਰਾ ਨਗਰ ਹੈ ਉਹਨਾਂ ਦਾ, ਅੱਜ ਕੱਲ ਹਰਿਆਣੇ ਦੇ ਵਿੱਚ ਹੈ। ਉਸ ਸਮੇਂ ਤੇ ਤੁਹਾਨੂੰ ਪਤਾ ਪੰਜਾਬ ਬੜਾ ਫੈਲਿਆ ਸੀ, ਹੁਣ ਕੱਟ ਵੱਢ ਹੋ ਗਈ ਕਰਕੇ ਅੱਜ ਕੱਲ ਹਰਿਆਣੇ ਦੇ ਵਿੱਚ ਹੈ ਅੰਬਾਲਾ। ਅੰਬਾਲੇ ਦੇ ਇਲਾਕੇ ਦੇ ਵਿੱਚ ਛਡੌਰਾ ਪਿੰਡ ਹੈ। 1647 ਦੇ ਵਿੱਚ ਉਸ ਮਹਾਂਪੁਰਸ਼ ਨੇ 13 ਜੂਨ ਵਾਲੇ ਦਿਨ ਭਾਰਤ ਵਰਸ਼ ਦੇ ਅੰਦਰ ਆਉਣਾ ਕੀਤਾ ਹੈ। 21 ਮਾਰਚ 1704 ਵਿੱਚ ਉਹ ਸ਼ਹੀਦ ਹੋਏ ਨੇ। ਅੱਛਾ, ਭੋਲਾ ਭਾਲਾ ਸਾਧ ਸੀ, ਬਚਪਨ ਤੋਂ ਹੀ ਕਈਆਂ ਦਾ ਸੁਭਾਅ ਐਸਾ ਹੁੰਦਾ ਹੈ, ਬੜਾ ਭੋਲਾ ਸੀ ਤੇ ਲੋਕਾਂ ਬੁੱਧੂ ਕਹਿਣਾ ਸ਼ੁਰੂ ਕਰ ਦਿੱਤਾ, ਕਿਉਂਕਿ ਆ ਚਲਾਕੀਆਂ, ਚੁਸਤ ਚਲਾਕੀਆਂ ਨਹੀਂ ਸੀ ਜਾਣਦਾ, ਠੱਗੀਆਂ ਠੋਰੀਆਂ ਵੱਲ ਧਿਆਨ ਨਹੀਂ ਸੀ ਉਹਦਾ, ਲੜਾਈ ਝਗੜੇ ਵੱਲ ਧਿਆਨ ਨਹੀਂ ਸੀ ਉਹਦਾ। ਜੀਵਨ ਕਾਲ ਦੇ ਅੰਦਰ ਉਮਰ ਤੇ ਉਹਦੀ ਵੱਧ ਰਹੀ ਸੀ, ਪਰ ਬੁੱਧੀ ਉਹਦੀ, ਸੁਭਾਅ ਉਹਦਾ ਬੱਚਿਆਂ ਵਰਗਾ ਨਿਰਮਲ ਸੀ, ਕੋਮਲ ਸੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਸੇ ਨੇ ਪੁੱਛਿਆ ਸੀ, ਕਿਵੇਂ ਮਿਲਦੇ ਹੋ ਤੁਸੀਂ ਪਰਮਾਤਮਾ ਦੇ ਸਰਗੁਣ ਸਰੂਪ ਹੋ, ਤੁਹਾਡਾ ਨਿਰਗੁਣ ਸਰੂਪ ਕਿਵੇਂ ਮਿਲਦਾ ਹੈ, ਤੁਸੀਂ ਕਿਵੇਂ ਮਿਲਦੇ ਹੋ, ਤੇ ਜਿਨ੍ਹਾਂ ਨੂੰ ਤੁਸੀਂ ਮਿਲਦੇ ਹੋ ਉਹਨਾਂ ਦੇ ਜੀਵਨ ਵਿੱਚ ਸੁੱਖ ਹੀ ਸੁੱਖ ਹੈ, ਮਿਲਦੇ ਕਿਵੇਂ ਹੋ? ਤੇ ਕਹਿੰਦੇ, ਯਾਦ ਰੱਖਿਓ ਪਾਇਓ ਬਾਲ ਬੁੱਧ ਸੁੱਖ ਰੇ, ਮੈਂ ਉਹਨਾਂ ਨੂੰ ਸੁੱਖ ਬਖਸ਼ਦਾ ਹਾਂ, ਉਹਨਾਂ ਨੂੰ ਮਿਲਦਾ ਹਾਂ ਜਿਨ੍ਹਾਂ ਦੀ ਬੁੱਧੀ ਬੱਚਿਆਂ ਵਰਗੀ ਹੈ। ਇੱਥੇ ਇਹ ਨਾ ਸਮਝਿਓ ਵੀ ਜਿਨ੍ਹਾਂ ਦੀ ਬੁੱਧੀ ਅਣਜਾਣ ਹੈ, ਬੱਚਿਆਂ ਵਾਂਗੂ ਅਣਜਾਣ ਨੇ ਜਿਹੜੇ, ਨਹੀਂ, ਬੱਚਿਆਂ ਵਰਗੀ ਬੁੱਧੀ ਤੋਂ ਭਾਵ ਹੈ ਅਡੋਪਟਿੰਗ ਦਾ ਚਾਈਲਡਸ ਮਾਈਂਡ, ਆਈ ਹੈਵ ਅਟੇਨਡ ਪੀਸ, ਮੈਨੂੰ ਸ਼ਾਂਤੀ ਮਿਲੀ, ਮੈਨੂੰ ਰੱਬ ਮਿਲਿਆ, ਜਦੋਂ ਦਾ ਬੱਚਿਆਂ ਵਰਗਾ ਸੁਭਾਅ ਬਣ ਗਿਆ। ਬੱਚੇ ਦਾ ਸੁਭਾਅ ਕੀ ਹੈ? ਇੱਥੇ ਕੋਈ ਰੌਲਾ ਪਾਉਂਦਾ ਹੋਵੇ ਤੇ ਨੁਕਰੇ ਜੇ ਖੜ ਕੇ 5-7 ਚਪੇੜਾਂ ਰੱਖ ਦਿਓ, ਬੱਚੇ ਦੇ 2-4 ਚਪੇੜਾਂ ਰੱਖ ਦਿਓ, ਤੇ 5-7 ਮਿੰਟ ਹੀ ਉਹਨੂੰ ਚੇਤਾ ਭੁੱਲ ਜਾਣਾ। ਵੈਰ ਦੀ ਭਾਵਨਾ ਨਹੀਂ ਹੁੰਦੀ ਬੱਚੇ ਵਿੱਚ, ਬਦਲਾਖੋਰੀ ਦੀ ਭਾਵਨਾ ਨਹੀਂ ਰੱਖੇਗਾ ਵੀ ਫਲਾਣੇ ਨੇ ਮਾਰੀਆਂ ਤੇ ਕੱਲ ਨੂੰ ਬਦਲਾ ਲੈਣਾ। ਜੇ ਬੰਦੇ ਦੇ 2-4 ਰੱਖ ਦਿਓ, ਮਰਦਾ ਮਰ ਜਾਵੇ ਪੀੜ੍ਹੀਆਂ ਤੱਕ ਦੁਸ਼ਮਣੀ ਨਹੀਂ ਛੱਡੇਗਾ ਵੀ ਮੇਰੇ ਤੇ ਹੱਥ ਚੁੱਕਿਆ ਸੀ। ਬੱਚਾ ਲੋਭੀ ਨਹੀਂ ਹੈ, ਪੈਸੇ ਦੇ ਦਿਓ ਖੁਸ਼ ਹੈ, ਨਾ ਵੀ ਦੋ ਮਿੰਟ ਜਿੱਦ ਕਰੇਗਾ ਰੋਵੇਗਾ ਫਿਰ ਚੇਤਾ ਭੁੱਲ ਜਾਂਦਾ ਹੈ। ਬੰਦਾ ਜਿਹੜੀ ਵਸਤੂ ਦੀ ਪ੍ਰਾਪਤੀ ਦੀ ਇੱਛਾ ਮਨ ਵਿੱਚ ਧਾਰ ਲਵੇ, ਮੜੀਆਂ ਤੱਕ ਚਲਿਆ ਜਾਂਦਾ ਹੈ, ਇੱਛਾ ਨਹੀਂ ਛੱਡਦਾ, ਲੋਭ ਨਹੀਂ ਛੱਡਦਾ, ਬੱਚੇ ਵਿੱਚ ਕੋਈ ਵੈਰ ਨਹੀਂ, ਵਿਰੋਧ ਨਹੀਂ, ਲੋਭ ਨਹੀਂ, ਸਭ ਤੋਂ ਭੈੜਾ ਵਿਕਾਰ ਕਾਮ ਦਾ, ਵਿਕਾਰੀ ਨਹੀਂ ਬੱਚਾ, ਕਾਮ ਦੀ ਬੱਚੇ ਵਿੱਚ ਕੋਈ ਇੱਛਾ ਨਹੀਂ ਹੁੰਦੀ, ਬੜਾ ਨਿਰਮਲ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਹੈ ਬੱਚਾ। ਤੇ ਜਿਸ ਦਿਨ ਕਹਿੰਦੇ ਤੂੰ ਬੱਚਿਆਂ ਵਰਗਾ ਹੋ ਗਿਆ, ਤੇਰੇ ਚ ਵੈਰ ਨਾ ਰਿਹਾ, ਵਿਰੋਧ ਨਾ ਰਿਹਾ, ਕਾਮ ਕ੍ਰੋਧ ਨਾ ਰਿਹਾ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਤੈਨੂੰ ਮਿਲ ਪਵਾਂਗਾ ਤੇ ਤੇਰੇ ਜੀਵਨ ਵਿੱਚ ਸੁੱਖ ਹੀ ਸੁੱਖ ਹੋ ਜਾਣਗੇ। ਪਰਮਾਤਮਾ ਬੜਾ ਨਿਰਮਲ ਹੈ, ਰੱਬ ਵਿੱਚ ਮੈਲ ਕੋਈ ਨਹੀਂ ਹੈ, ਤੇ ਜਿਹਦੇ ਵਿੱਚ ਕੋਈ ਮੈਲ ਨਹੀਂ ਹੈ ਉਹਦੇ ਨਾਲ ਮਿਲਣਾ ਹੋਇਆ ਤੇ ਤੈਨੂੰ ਵੀ ਨਿਰਮਲ ਹੋਣਾ ਪਵੇਗਾ, ਫਿਰ ਜਾ ਕੇ ਇੱਕਮਿੱਕ ਹੋ ਸਕਦਾ ਹੈ, ਨਹੀਂ ਤੇ ਨਹੀਂ। ਇੱਕ ਆਮ ਹੀ ਉਦਾਹਰਣ ਦਾਸ ਦਿੰਦਾ ਹੁੰਦਾ ਵੀ ਪਾਣੀ ਵਿੱਚ ਪਾਣੀ ਮਿਲਦਾ ਹੈ, ਤੇਲ ਨਹੀਂ। ਝੂਠ ਵਿੱਚ ਝੂਠ ਦੀ ਅਭੇਦਤਾ ਹੈ, ਸੱਚ ਵਿੱਚ ਝੂਠ ਨਹੀਂ ਰਲ ਸਕਦਾ। ਦਹੀਂ ਵਿੱਚ ਰੰਚਕ ਮਾਤਰ ਖੱਟਾ ਪਾ ਦਿਓ, ਫੁੱਟ ਜਾਂਦਾ ਹੈ, ਕਿੱਥੇ ਮਿਲਦਾ ਹੈ? ਅੰਮ੍ਰਿਤ ਵਿੱਚ ਜ਼ਹਿਰ ਦਾ ਕੋਈ ਕੰਮ ਨਹੀਂ ਹੈ। ਪਰਮਾਤਮਾ ਨਿਰਮਲ ਹੈ, ਅਸੀਂ ਵਿਕਾਰਾਂ ਦੀ ਮੈਲ ਨਾਲ ਭਰੇ ਹਾਂ, ਅਸੀਂ ਤਾਂ ਉਹਦੇ ਵਿੱਚ ਮਿਲ ਨਹੀਂ ਸਕੇ।
ਤੇ ਜਿਹੜਾ ਬੱਚਿਆਂ ਵਰਗਾ ਨਿਰਮਲ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਹੈ, ਨਿਰਵੈਰ ਹੈ, ਕੋਈ ਵਾਸ਼ਨਾ ਨਹੀਂ ਹੈ ਜਿਸ ਨੂੰ, ਉਹ ਭਗਵਾਨ ਵਰਗਾ ਹੈ, ਉਹ ਪਰਮਾਤਮਾ ਵਿੱਚ ਅਭੇਦਤਾ ਪਾ ਲੈਂਦਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਪਾਇਓ ਬਾਲ ਬੁੱਧ ਸੁਖ ਰੇ, ਸੁਖ ਪਾਉਣਾ ਹੈ ਤੇ ਬਾਲ ਬੁੱਧ ਧਾਰ ਲੈ, ਬੱਚਿਆਂ ਵਰਗਾ ਕੋਮਲ ਹੋ ਜਾ, ਵੈਰ ਛੱਡ ਦੇ, ਵਿਰੋਧ ਛੱਡ ਦੇ, ਕਾਮ ਛੱਡ ਦੇ, ਹੰਕਾਰ ਛੱਡ ਦੇ। ਦੂਸਰਾ ਪੱਖ, ਤੁਸੀਂ ਭਗਤ ਧੰਨੇ ਬਾਰੇ ਬੜਾ ਸੁਣਿਆ ਹੈ, ਭੋਲੇਪਨ ਚੋਂ ਰੱਬ ਮਿਲਿਆ ਹੈ ਉਸਨੂੰ, ਨਿਰਵੈਰਤਾ ਚੋਂ ਰੱਬ ਮਿਲਿਆ ਹੈ ਉਸਨੂੰ। ਗੁਰੂ ਗ੍ਰੰਥ ਸਾਹਿਬ ਕਹਿੰਦੇ ਧੰਨੇ ਸੇਵਿਆ ਬਾਲ ਬੁੱਧ, ਬੱਚਿਆਂ ਵਾਲੇ ਸੁਭਾਅ ਕਰਕੇ ਬਾਬੇ ਧੰਨੇ ਨੂੰ ਰੱਬ ਮਿਲਿਆ ਹੈ। ਪੰਡਿਤ ਨੇ ਮਾਰੀ ਸੀ ਠੱਗੀ, ਪੰਡਿਤ ਜ਼ਿਆਦਾਤਰ ਠੱਗੀ ਮਾਰਦੇ ਨੇ, ਹੱਥ ਹੁੱਥ ਵਹਿੰਦੇ ਨੇ ਨਾ, ਤੇ ਮੈਂ ਕਈ ਵਾਰ ਹੈਰਾਨ ਰਹਿ ਜਾਂਦਾ ਹੈ ਵੀ ਪਾਟੀ ਜੀ ਬੋਰੀ ਤੇ ਬੈਠਾ ਹੈ, ਆਨੰਦਪੁਰ ਸਾਹਿਬ ਜਾਈਏ ਤੇ ਵਾਹਵਾ ਬੈਠੇ ਹੁੰਦੇ ਸੜਕ ਦੇ ਕੰਢੇ। ਅੱਛਾ, ਚੰਗੀ ਭਲੀ ਕਾਰ ਤੇ ਬੀਬੀ ਜਾਂਦੀ ਹੈ ਤੇ ਹੱਥ ਦੇ ਕੇ ਡੱਕ ਲੈਂਦਾ ਹੈ, ਤੇ ਬੀਬੀ ਵੀ ਖਲੋ ਜਾਂਦੀ ਹੈ, ਐਂ ਹੱਥ ਸੁੱਟ ਲੈਂਦੀ ਅੱਗੇ, ਤੇ ਬੀਬੀ ਨੂੰ ਪੁੱਛਦਾ ਹੈ ਵੀ ਬੀਬੀ ਦੱਸ ਕੀ ਦੱਸਾਂ, ਤੇ ਬੀਬੀ ਕਹਿੰਦੀ ਪੰਡਿਤ ਜੀ ਫਿਰ ਅਰਦਾਸ ਕਰ ਦਿਓ ਸਾਡੀ ਟਰਾਂਸਪੋਰਟ ਚੱਲ ਪਵੇ। ਚੰਗੀ ਭਲੀ ਕਾਰ ਚੋਂ ਉਤਰੀ ਹੈ, ਇਹਦੇ ਨੂੰ ਵੱਡੀ ਗੱਡੀ ਚਾਹੀਦੀ ਹੈ, ਟਰਾਂਸਪੋਰਟ ਚੱਲ ਪਵੇ। ਤੇ ਮੈਂ ਹੈਰਾਨ ਰਹਿ ਜਾਂਦਾ ਵੀ ਜਿਹਦਾ ਆਪ ਪਾਟੀ ਬੋਰੀ ਤੇ ਬੈਠਾ ਹੈ, ਜਿਹੜਾ ਅੱਜ ਤੱਕ ਆਪ ਗੱਡੀ ਤੇ ਨਹੀਂ ਚੜਿਆ, ਤੇ ਤੇਰਾ ਹੱਥ ਵੇਖ ਕੇ ਤੇਰੀ ਟਰਾਂਸਪੋਰਟ ਚਲਾ ਦੇਣ ਲੱਗਾ, 200-250 ਗੱਡੀ ਤੇਰੀ ਪੈ ਚੱਲੀ ਹੈ, ਅੱਜ ਪੰਡਿਤ ਨੂੰ ਜੋ ਹੱਥ ਵਿਖਾ ਲਿਆ ਜੀ, ਆਪ ਭੁੱਖਾ ਮਰਦਾ ਹੈ, ਸਾਰੀ ਦਿਹਾੜੀ ਮਿੱਟੀ ਘਟਾ ਗੱਡੀਆਂ ਦੇ ਟਾਇਰਾਂ ਨਾਲ ਲੁੱਟ ਕੇ ਇਹਦੇ ਮੂੰਹ ਵਿੱਚ ਪੈਂਦਾ ਹੈ, ਪਾਟੀ ਜੀ ਬੋਰੀ ਤੇ ਬੈਠਾ ਹੈ, ਪੱਤਰੀ ਖਿਲਾਰੀ ਹੋਈ ਹੈ, ਦੱਸ ਤੈਨੂੰ ਲੱਖਪਤੀ ਕਿਵੇਂ ਬਣਾਵੇਗਾ, ਆਪ ਤੇ ਕੱਖਾਂ 'ਚ ਰਹਿੰਦਾ ਹੈ, ਤੇ ਤੂੰ ਆਪਦੀ ਟਰਾਂਸਪੋਰਟ ਤੇ ਚੱਲੀ ਨਾ, ਤੇਰੀ ਚਲਾਉਣ ਲੱਗਾ ਹੈ। ਜੇ ਮੰਗਣਾ ਹੈ ਨਾ ਬੰਦੇ ਤੋਂ ਨਾ ਮੰਗ, ਝੋਲੀ ਇੱਕ ਹੈ, ਦਰ ਦਰ ਤੇ ਨਾ ਅੱਡਿਆ ਕਰ, ਕਿੱਥੇ ਅੱਡਣੀ ਹੈ। ਦੱਦਾ ਦਾਤਾ ਇੱਕ ਹੈ ਸਭ ਕੋ ਦੇਵਣ ਹਾਰ, ਦਿੰਦਿਆਂ ਤੋਟ ਨਾ ਆਵਈ ਅਗੰਤ ਭਰੇ। ਗੁਰੂ ਨਾਨਕ ਨਿਰੰਕਾਰੀ ਗੁਰੂ ਗ੍ਰੰਥ ਸਾਹਿਬ ਅੱਗੇ ਝੋਲੀ ਅੱਡ, ਇਹ ਦਾਤਾਂ ਦੇਣ ਵਾਲਾ ਹੈ, ਤਖਤਾਂ ਤਾਜਾਂ ਦਾ ਮਾਲਕ ਹੈ, ਤੈਨੂੰ ਪੰਡਿਤ ਨੇ ਕੀ ਦੇ ਦੇਣਾ ਹੈ। ਅਜਾ ਠੱਗੀ ਮਾਰ ਲਈ ਪੰਡਿਤ ਨੇ, ਕੰਮ ਹੀ ਇਹ ਕਰਦੇ ਨੇ। ਬਾਬੇ ਧੰਨੇ ਨੂੰ ਇੱਕ ਪੱਥਰ ਜਿਹਾ ਫੜਾ ਦਿੱਤਾ, ਇਹ ਭਗਵਾਨ ਹੈ ਆਖੇ। ਹੁਣ ਬਾਬੇ ਧੰਨਾ ਨੇ ਪੁੱਛਿਆ ਵੀ ਇਹਨੂੰ ਕੀ ਕਰਾਂ, ਤੇਰੇ ਭਗਵਾਨ ਨੂੰ, ਪੱਥਰ ਨੂੰ ਕੀ ਕਰਾਂ? ਕਹਿੰਦੇ ਤੂੰ ਜੋ ਮੰਗੇਗਾ ਉਹ ਦਿੰਦਾ ਹੈ। ਹੁਣ ਜੱਟ ਬੰਦਾ ਸੀ, ਉਹਨੂੰ ਇਹ ਸੀ ਵੀ ਵਾਹੀ ਖੇਤੀ ਵੀ ਇਕੱਲੇ ਨੂੰ ਕਰਨੀ ਪੈਂਦੀ, ਡੰਗਰ ਵੀ ਇਕੱਲੇ ਨੂੰ ਚਾਰਨੇ ਪੈਂਦੇ, ਤੇ ਪੱਥਰ ਨੂੰ ਹੀ ਸੁਲਾ ਮਾਰਿਆ ਕਰਾਂਗੇ ਵੀ ਅੱਜ ਡੰਗਰ ਚਰਦੇ, ਅੱਜ ਡੰਗਰ ਚਰਦੇ ਨੇ, ਤੂੰ ਧਿਆਨ ਰੱਖੀ, ਨੱਕੇ ਮੋੜੀ, ਖੂਹ ਤੋਂ ਪਾਣੀ ਲਾਈ। ਉਹ ਜੱਟ ਨੇ ਆਪਣਾ ਫਾਇਦਾ ਸੋਚਿਆ, ਪੱਥਰ ਲੈ ਲਿਆ, ਤੇ ਪੰਡਿਤ ਕਹਿੰਦਾ ਇਹ ਇੱਦਾਂ ਨਹੀਂ ਮਿਲਦਾ, ਬੜਾ ਕੀਮਤੀ ਹੈ, ਸਾਰੇ ਕੰਮ ਤੇਰੇ ਨੇ ਕਰਨੇ ਨੇ, ਇਹਦੇ ਵੱਟੇ ਕੁਝ ਦੇ। ਤੇ ਭਗਤ ਭੋਲਾ ਸੀ, ਕੀ ਦੇਵਾਂ? ਕਹਿੰਦਾ ਗਾਂ ਦੇ ਦੇ। ਚੰਗੀ ਭਲੀ ਗਾਂ ਉਹਦੇ ਤੋਂ ਲੈ ਲਈ ਵਿਚਾਰੇ ਕੋਲ। ਅੱਛਾ, ਸਾਰੀ ਉਮਰ ਪੱਥਰ ਨੂੰ ਰਗੜਦਾ ਰਿਹਾ, ਪੰਡਿਤ ਕੱਖ ਨਹੀਂ ਲੱਭਾ, ਤੇ ਬਾਬੇ ਧੰਨੇ ਵਿੱਚ ਐਸੀ ਬਰਕਤ ਸੀ, ਬਾਲ ਬੁੱਧ ਹੈ, ਉਹਨੂੰ ਨਹੀਂ ਪਤਾ ਵੀ ਇਹ ਪੱਥਰ ਜੜ ਹੈ, ਪੱਥਰ ਵਿੱਚ ਕੀ ਹੋਣਾ ਹੈ। ਉਹ ਬਸ ਪੰਡਿਤ ਨੇ ਕਿਹਾ ਸੀ, ਸ਼ੈਤਾਨੀ ਕੀਤੀ ਸੀ ਵੀ ਪੱਥਰ ਸਾਰੇ ਕੰਮ ਕਰਦਾ। ਉਹ ਚੌਂਕੜਾ ਲਾ ਕੇ ਬਹਿ ਗਿਆ, ਕਹਿੰਦਾ ਵੀ ਉੱਠ ਨਿਕਲ ਬਾਹਰ, ਕਹਿੰਦਾ ਬਾਹਰ ਨਿਕਲ ਤੇ ਮੈਂ ਡਾਇਆ ਹੀ ਮੰਜਾ। ਤੇ ਯਾਰ ਲੱਗੇ ਹੀ ਆਰਾਮ ਕਰਨ, ਸਵੇਰ ਦੇ ਥੱਕ ਗਏ ਆ, ਵਾਹੀ ਖੇਤੀ ਕਰਦੇ, ਮੇਰੇ ਡੰਗਰ ਚਾਰਦੇ, ਇਤਿਹਾਸ ਗਵਾਹ ਹੈ, ਬਾਬੇ ਧੰਨੇ ਹੋਣੀ ਮੰਜੇ ਤੇ ਲੇਟੇ ਨੇ, ਤੇ ਭਗਵਾਨ ਹੋਣੀ ਉੱਥੇ ਡੰਗਰ ਚਾਰਦੇ ਪਾਏ ਨੇ, ਲੋਕਾਂ ਨੇ ਯਾਰ ਬਣਾ ਲਿਆ ਧੰਨੇ ਨੇ ਰੱਬ ਨੂੰ, ਯਾਰ ਬਣ ਗਿਆ ਬਾਬੇ ਧੰਨੇ ਦਾ ਰੱਬ। ਪੰਡਿਤ ਨੂੰ ਨਹੀਂ ਅੱਜ ਤੱਕ ਮਿਲਿਆ, ਨਾ ਗਾਂ ਹੀ ਮਿਲਣ ਦੀ ਆਸ ਹੈ, ਕਿਉਂਕਿ ਪੰਡਿਤ ਦੀ ਬੁੱਧੀ ਠੱਗੀਆਂ ਤੇ ਲੱਗੀ ਹੋਈ ਹੈ।
ਤੇ ਜਿਨ੍ਹਾਂ ਦੀ ਬੁੱਧੀ ਬੱਚਿਆਂ ਵਰਗੀ ਕੋਮਲ ਹੈ, ਨਿਰਮਲ ਹੈ, ਰੱਬ ਉਹਨਾਂ ਨੂੰ ਮਿਲਦਾ ਹੈ। ਔਰ ਮੈਂ ਇਹ ਨਹੀਂ ਕਹਿ ਸਕਦਾ ਰੱਬ ਇੱਥੇ ਹੈ ਤੇ ਇੱਥੇ ਨਹੀਂ, ਪਹਾੜਾਂ 'ਚ ਮਿਲੇਗਾ ਜਾਂ ਇੱਥੇ ਨਹੀਂ, ਇੱਥੇ ਮਿਲੇਗਾ ਪਹਾੜਾਂ 'ਚ ਨਹੀਂ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਕੋਈ ਐਸੀ ਜਗ੍ਹਾ ਹੀ ਨਹੀਂ ਜਿੱਥੇ ਰੱਬ ਨਹੀਂ ਰਹਿੰਦਾ। ਬਸ ਬਾਲ ਬੁੱਧ ਹੋ ਗਈ, ਨਿਰਮਲ ਤੂੰ ਹੋ ਗਿਆ, ਵਿਕਾਰਾਂ ਤੋਂ ਕਾਮ ਕ੍ਰੋਧ ਤੋਂ ਰਹਿਤ ਹੋ ਗਿਆ, ਤੇ ਜਿੱਥੇ ਯਾਦ ਕਰੇਗਾ ਉੱਥੋਂ ਹੀ ਬਾਬੇ ਧੰਨੇ ਵਾਂਗੂ ਪ੍ਰਗਟ ਹੋ ਜਾਵੇਗਾ। ਪੀਰ ਬੁੱਧੂ ਸ਼ਾਹ ਬੁੱਧੀ ਕਰਕੇ ਨਿਰਮਲ ਸੀ, ਲੋਕਾਂ ਬੁੱਧੂ ਕਹਿਣਾ ਸ਼ੁਰੂ ਕਰ ਦਿੱਤਾ, ਵਿਕਾਰੀ ਨਹੀਂ ਸੀ, ਕਾਮੀ ਨਹੀਂ ਸੀ, ਕ੍ਰੋਧੀ ਨਹੀਂ ਸੀ। ਤੇ ਯਾਦ ਰੱਖਿਓ ਜਿਹੜੇ ਵਿਕਾਰਾਂ ਤੋਂ ਰਹਿਤ ਨੇ ਰੱਬ ਉਹਨਾਂ ਨੂੰ ਮਿਲਦਾ ਹੈ, ਰੱਬ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਉੱਥੇ ਪੀਰ ਬੁੱਧੂ ਸ਼ਾਹ ਕੀ, ਉੱਥੇ ਭਾਈ ਨੰਦ ਲਾਲ ਕੀ, ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਸਜੇ ਹੋਏ ਬੜੇ ਬੜੇ ਮਹਾਂਪੁਰਸ਼, ਜਿਨ੍ਹਾਂ ਦੀਆਂ ਵਿਚਾਰ ਦੀਆਂ ਅੱਖਾਂ ਖੁੱਲੀਆਂ ਨੇ, ਜਿਹੜੇ ਅਗੋਚਰ ਨੂੰ ਵੇਖ ਸਕਦੇ ਨੇ। ਵੇਖੋ ਕੁਝ ਜੀਵ ਐਸੇ ਨੇ ਆਪਾਂ ਨਹੀਂ ਦੇਖ ਸਕਦੇ, ਸੂਕਸ਼ਮ ਬੈਕਟੀਰੀਆ ਆਈਟਮਸ, ਉਹ ਮਾਈਕਰੋਸਕੋਪ ਨਾਲ ਵੇਖਣੇ ਪੈਂਦੇ ਨੇ। ਆ ਦਹੀਂ ਦੇ ਵਿੱਚ ਇੰਨਾ ਬੈਕਟੀਰੀਆ, ਇੰਨੇ ਜੀਵ ਜੰਤੂ ਨੇ ਵੀ, ਜੇ ਤੁਸੀਂ ਮਾਈਕਰੋਸਕੋਪ ਨਾਲ ਵੇਖੋ ਤੇ ਚੇਤ ਨਹੀਂ ਕਰਦਾ ਦਹੀਂ ਛਕਣ ਨੂੰ। ਛੋਟੇ ਛੋਟੇ ਜੀਵ ਜੰਤੂ ਚੰਗੇ ਨੇ ਸਿਹਤ ਲਈ, ਇੱਦਾਂ ਹੀ ਕਹਿੰਦੇ ਨੇ ਡਾਕਟਰ ਲੋਕ। ਖੈਰ ਅੱਛਾ, ਜਿਨ੍ਹਾਂ ਕੋਲ ਮਾਈਕਰੋਸਕੋਪ ਹੈ ਉਹਨਾਂ ਦੀ ਅੱਖ ਵੇਖਣ ਵਾਲੀ ਬਣ ਗਈ। ਇੱਦਾਂ ਹੀ ਗੁਪਤ ਰੂਹਾਂ ਨੇ, ਇੱਦਾਂ ਹੀ ਸ਼ਹੀਦ ਸਿੰਘ ਸੱਤ ਪੁਰਸ਼ ਨੇ, ਇੱਦਾਂ ਹੀ ਭੂਤ ਪ੍ਰੇਤ ਨੇ। ਕੁਝ ਐਸੀ ਬਰਕਤ ਵਾਲੀ ਅੱਖ ਹੈ ਜੋ ਇਹਨਾਂ ਨੂੰ ਦੇਖ ਸਕਦੀ ਹੈ। ਜੇ ਸਾਨੂੰ ਬੈਕਟੀਰੀਆ ਨਹੀਂ ਦਿਖਦੇ, ਸਾਡੇ ਕੋਲ ਦੂਰਬੀਨ ਨਹੀਂ, ਇਹਦਾ ਮਤਲਬ ਇਹ ਨਹੀਂ ਉਹ ਹੁੰਦੇ ਨਹੀਂ। ਬਾਣੀ ਕਹਿ ਰਹੀ ਹੈ, ਮੈਂ ਥੋੜ੍ਹੀ ਕਹਿੰਦਾ, ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾ ਚ, ਬੜੇ ਨੇ ਭੂਤ ਪ੍ਰੇਤ। ਪਰ ਦਾਸ ਦਾ ਸੁਭਾਅ ਹੈ ਵੀ ਮੈਂ ਤੁਹਾਨੂੰ ਦੱਸ ਦੇਵਾਂ ਇਹ ਚੁੰਬੜਦੇ ਕਿਹਨਾਂ ਨੂੰ ਨੇ। ਸਿੱਧੀ ਜੀ ਪੰਜਾਬੀ 'ਚ ਤੁਹਾਨੂੰ ਦੱਸ ਦੇਵਾਂ ਵੀ ਚੋਰਾਂ ਦੇ ਯਾਰ ਚੋਰ, ਠੱਗਾਂ ਦੇ ਯਾਰ ਠੱਗ, ਸਾਧਾਂ ਦੇ ਯਾਰ ਸਾਧ, ਅਤੇ ਭੂਤਾਂ ਦੇ ਯਾਰ ਭੂਤ। ਜਿਹਦਾ ਜੀਵਨ ਹੀ ਭੂਤਾਂ ਵਾਲਾ ਹੈ, ਨਾ ਬਾਣੀ ਪੜ੍ਹਨੀ, ਨਾ ਸਿਮਰਨ ਕਰਨਾ, ਨਾ ਭਜਨ ਕਰਨਾ, ਨਾ ਚੌਂਕੜੇ ਲਾਉਣੇ, ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਆਤਮਾ ਉਹਨਾਂ ਨੂੰ ਘੇਰਦੀਆਂ ਨੇ। ਅਤੇ ਜਿਹੜੇ ਗੁਰੂ ਨਾਨਕ ਨਿਰੰਕਾਰੀ ਦੀ ਬਾਣੀ ਪੜ੍ਹਨ ਵਾਲੇ ਨਿਤਨੇਮੀ ਸਿੰਘ ਨੇ, ਚੌ ਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ, ਭਾਈ ਨਾ ਹੋਣਾ ਧੂਣ ਹੈ ਛੁੱਟੇ ਨਿਕਟ ਨਾ ਜਾਈਓ। ਦੂਤ ਉਹਨਾਂ ਨੇੜੇ ਦੂਤ ਦਾਤ ਭੂਤ ਪ੍ਰੇਤ ਨਹੀਂ ਆਉਂਦੇ ਜਿਹੜੇ ਨਿਤਨੇਮੀ ਨੇ, ਬਾਣੀ ਪੜ੍ਹਨ ਵਾਲੇ ਨੇ। ਉਹਨਾਂ ਨੂੰ ਪੰਡਤਾਂ ਅੱਗੇ ਹੱਥ ਡਾਉਣ ਦੀ ਵੀ ਲੋੜ ਨਹੀਂ ਹੈ, ਉਹਨਾਂ ਦੇ ਕਾਰਜ ਗੁਰੂ ਨਾਨਕ ਨੇ ਸਵਾਰਨੇ ਨੇ। ਉਹ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਬੈਠੇ ਭਾਈ ਨੰਦ ਲਾਲ ਕਹਿੰਦੇ, ਲੋਕੋ ਮੈਂ ਕਿਉਂ ਝੁਕਿਆ? ਕਿਸੇ ਨੇ ਆਖਿਆ ਤੁਸੀਂ ਹਿੰਦੂ ਹੋ, ਸਿੱਖਾਂ ਦੇ ਗੁਰੂ ਅੱਗੇ ਝੁਕ ਗਏ, ਇੰਨੇ ਦੇਵਤੇ ਨੇ। ਕਹਿੰਦਾ ਕੀ ਦੱਸਾਂ, ਵੀਰ ਬੁੱਧੂ ਸ਼ਾਹ ਨੂੰ ਵੀ ਤੇ ਆਉਂਦੇ ਹੋਣਗੇ ਵੀ ਤੂੰ ਪੰਜ ਵਗਤ ਦਾ ਨਮਾਜ਼ੀ ਹੈ, ਸਿੱਖਾਂ ਨੂੰ ਹਿੰਦੂਆਂ ਨੂੰ ਕਾਫਰ ਕਹਿੰਦੇ ਸੀ ਇਹ ਲੋਕ ਮੁਗਲ, ਤੂੰ ਕਾਫਰਾਂ ਦੇ ਗੁਰੂ ਅੱਗੇ ਝੁਕ ਗਿਆ ਹੈ। ਭਾਈ ਨੰਦ ਲਾਲ ਨੂੰ ਵੀ ਕਿਹਾ ਵੀ ਇੰਨੇ ਦੇਵੀ ਦੇਵਤੇ ਨੇ, ਤੂੰ ਗੁਰੂ ਗੋਬਿੰਦ ਸਿੰਘ ਅੱਗੇ ਝੁਕ ਗਿਆ ਹੈ, ਤੇ ਥੋੜਾ ਜਿਹਾ ਧਿਆਨ ਦਿਓ। ਵਾਹ ਸਦ ਹਜ਼ਾਰਾਂ ਉਮੇ ਕੁਦਸੀ, ਵਾਹ ਸਦ ਹਜ਼ਾਰਾਂ ਉਮੇ ਕੁਦਸੀ ਦਰ ਖਿਦਮਤ। ਉਮੇ ਕਹਿੰਦੇ ਨੇ ਦੇਵੀ ਨੂੰ, ਦੇਵੀਆਂ ਨੂੰ। ਕਹਿੰਦੇ ਕੀ ਦੱਸਾਂ, ਵਾਹ ਸਦ ਹਜ਼ਾਰਾਂ, ਵਾਹ ਸਦ ਹਜ਼ਾਰਾਂ ਕਦੋ ਵਾ ਕੁਦਰਤ, ਵਾਹ ਸਦ ਹਜ਼ਾਰਾਂ ਕਦਰ ਵਾ ਕੁਦਰਤ, ਪਜ਼ੀਦਸ਼ ਗਰੇ ਤਾਅਸ਼। ਭਾਈ ਨੰਦ ਲਾਲ ਕਹਿੰਦੇ ਵੀ ਉਹਦੇ ਚਰਨਾਂ ਵਿੱਚ ਮੈਂ ਕੱਲਾ ਥੋੜੀ ਚੁੱਕਿਆ, ਜਿਹੜੇ ਦੇਵੀ ਦੇਵਤਿਆਂ ਦੀ ਮੈਂ ਪੂਜਾ ਕਰਦਾ ਰਿਹਾ ਹਾਂ। ਵਾਹ ਸਦ ਹਜ਼ਾਰਾਂ ਉਮੇ ਕੁਦਸੀ,
ਉਹ ਹਜ਼ਾਰਾਂ ਦੇਵੀਆਂ ਦੇਵਤੇ ਮੇਰੀ ਅੱਖ ਵੇਖਣ ਵਾਲੀ ਬਣ ਗਈ ਆ, ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਝਾੜੂ ਲਾਉਂਦੇ ਫਿਰਦੇ ਨੇ। ਬੜੀਆਂ ਪਵਿੱਤਰ ਦੇਵੀਆਂ ਉਹਦੀ ਟਹਿਲ ਵਿੱਚ ਲੱਗੀਆਂ ਨੇ, ਦੇਵਤੇ ਉਹਦੀ ਸੇਵਾ ਵਿੱਚ ਲੱਗੇ ਹੋਏ ਨੇ। ਇਹ ਦਰ ਛੱਡ ਕੇ ਮੈਂ ਹੋਰ ਕਿੱਧਰ ਜਾਵਾਂ ਦੱਸੋ? ਮੈਂ ਤੇ ਕਹਿੰਦੇ ਮਾਮੂਲੀ ਹਾਂ। ਇੱਥੇ ਤੇ ਬੜੇ ਬੜੇ ਦੇਵੀ ਦੇਵਤੇ ਕੀ ਗੁਰੂ ਗ੍ਰੰਥ ਸਾਹਿਬ ਇਹ ਗੱਲ ਨਹੀਂ ਕਹਿੰਦੇ? ਦੁਰਗਾ ਕੋਟ ਜਾ ਕੇ ਮਰਦਨ ਕਰੈ, ਕਰੋੜਾਂ ਦੁਰਗਾ ਦੇਵੀਆਂ ਉਹਦੀ ਸੇਵਾ ਵਿੱਚ ਲੱਗੀਆਂ ਹੋਈਆਂ ਨੇ, ਉਹਦੇ ਨਾਲੋਂ ਵੱਡਾ ਕੋਈ ਨਹੀਂ ਹੈ। ਬ੍ਰਹਮਾ ਕੋਟ ਵੇਦ ਉਚਰੈ, ਦੁਰਗਾ ਕੋਟ ਜਾ ਕੇ ਮਰਦਨ ਕਰੈ, ਬੜੇ ਉਹਦੀ ਸੇਵਾ ਵਿੱਚ ਲੱਗੇ ਨੇ, ਕਰੋੜਾਂ ਦੇਵੀਆਂ ਉਹਦੀ ਸੇਵਾ ਵਿੱਚ ਲੱਗੀਆਂ ਨੇ। ਇੱਥੇ ਪੀਰ ਬੁੱਧੂ ਸ਼ਾਹ ਕਿਉਂ ਨਾ ਚੁੱਕੇਗਾ? ਇੱਥੇ ਭਾਈ ਨੰਦ ਲਾਲ ਕਿਉਂ ਨਾ ਚੁੱਕੇਗਾ? ਪੀਰ ਬੁੱਧੂ ਸ਼ਾਹ ਨੂੰ ਪਤਾ ਸੀ ਵੀ ਗੁਰੂ ਗੋਬਿੰਦ ਸਿੰਘ ਦੇ ਦਰ ਵਰਗਾ ਜੇ ਸੁਣੀ ਸੀ ਬੜਾ ਕੱਟਣ, ਔਰ ਨਾਲ ਐਲਾਨ ਕਰ ਦਿੱਤਾ ਵੀ ਜਿਹੜਾ ਇਹਨਾਂ ਨੂੰ ਨੌਕਰੀ ਦੇਵੇਗਾ ਉਹਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਵੇਖੋ ਸੰਤ ਜਿਹੜਾ ਹੁੰਦਾ ਨਾ ਬੜਾ ਕੋਮਲ ਹੁੰਦਾ ਦਿਲ ਤੋਂ। ਸਡੌਰੇ ਵਿਖੇ ਪੀਰ ਬੁੱਧੂ ਸ਼ਾਹ ਦੇ ਦਰ ਉੱਤੇ ਇਹ 500 ਮੁਗਲ ਸਿਪਾਹੀ ਤਰਲਾ ਲੈ ਰਹੇ ਨੇ ਵੀ ਸਾਨੂੰ ਰੋਟੀ ਬੋਟੀ ਦੇ ਲਾਲੇ ਪੈ ਗਏ ਨੇ, ਸਾਡੇ ਲਈ ਰੋਟੀ ਦਾ ਪ੍ਰਬੰਧ ਨਹੀਂ ਹੈ, ਸਾਡੇ ਲਈ ਮੁਸ਼ਕਲ ਖੜੀ ਹੋ ਗਈ ਹੈ, ਤੇ ਇਸ ਤਰ੍ਹਾਂ ਕਰੋ ਸਾਨੂੰ ਕਿਤੇ ਨੌਕਰੀ ਦਵਾ ਦਿਓ। ਜਦੋਂ ਬੇਨਤੀ ਕੀਤੀ, ਪੀਰ ਜਾਣਦਾ ਹੈ ਵੀ ਮੁਗਲਾਂ ਦੇ ਨਾਲ ਵੈਰ ਖੜਾ ਹੋ ਜਾਵੇਗਾ, ਕਿਉਂਕਿ ਔਰੰਗਜ਼ੇਬ ਬੜੇ ਹੰਕਾਰ ਵਿੱਚ ਸੀ। ਤਖ਼ਤ ਦਾ ਨਸ਼ਾ ਜਦੋਂ ਕਿਸੇ ਲੀਡਰ ਨੂੰ ਹੋ ਜਾਵੇ ਤਾਂ ਫਿਰ ਬੜਾ ਔਖਾ ਹੈ, ਨਸ਼ਾ ਨਹੀਂ ਲੈਂਦਾ ਤਖ਼ਤੋਂ ਭਾਵੇਂ ਲੈ ਜਾਵੇ। ਸੱਪ ਦਾ ਸੁਭਾਅ ਹੈ, ਜ਼ਹਿਰ ਨਾ ਵੀ ਹੋਵੇ ਤਾਂ ਫੁੰਕਾਰਾ ਮਾਰਨਾ ਨਹੀਂ ਛੱਡਦਾ। ਜਿੰਨਾ ਚਿਰ ਇਹਦੀ ਸਿਰੀ ਨਾ ਫਿਸੇ ਫੁੰਕਾਰਾ ਮਾਰਨਾ ਨਹੀਂ ਜੇ ਛੱਡਦਾ। ਔਰੰਗਜ਼ੇਬ ਬੜੇ ਫੁੰਕਾਰੇ ਮਾਰਦਾ, ਬੜਾ ਹੰਕਾਰ ਵਿੱਚ ਹੈ। ਹੋਇਆ ਕੀ ਹੈ? ਪੀਰ ਬੁੱਧੂ ਸ਼ਾਹ ਨੂੰ ਪਤਾ ਸੀ ਵੀ ਅਗਰ ਕੋਈ ਝੋਲੀਆਂ ਭਰਨ ਵਾਲਾ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਹੈ, ਉੱਥੇ ਲੈ ਜਾਣਾ ਹੈ। ਗੁਰੂ ਗੋਬਿੰਦ ਸਿੰਘ ਦੇ ਦਰ ਉੱਤੇ ਲੈ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੌਕਰ ਕਰ ਲਏ। ਬਾਣੀ ਦਾ ਇਹ ਫੁਰਮਾਨ ਹੈ, ਰਹੀਮ ਮਸਤ ਰੋਜ਼ੀ ਦਿਓ ਹਰ ਦਿਆਲ, ਜ਼ਫਰਨਾਮੇ ਦੇ ਬੋਲ ਨੇ। ਰੋਟੀ ਦੇਣ ਵਾਲਾ ਹੈ, ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਹਾਕੋ ਰਹੀਮ, ਅਮਾ ਬਖਸ਼ੋ ਬਖਸ਼ਿੰਦੂ ਓ ਦਸਤਗੀਰ, ਰਜ਼ਾ ਬਖਸ਼ ਰੋਜ਼ੀ, ਰੋਟੀ ਨੂੰ ਕਹਿੰਦੇ ਨੇ ਰਜ਼ਾ ਬਖਸ਼ ਰੋਜ਼ੀ ਦਿਓ ਦਿਲ ਪਜ਼ੀਰ, ਅਤਾ ਬਖਸ਼ਿਓ ਪਾਕ ਪਰਵਰਦੀਗਾਰ, ਰਹੀਮਸਤ ਰੋਜ਼ੀ ਦਿਓ ਹਰ ਦਿਆਲ। ਮਨ ਭਾਉਂਦੀ ਰੋਟੀ ਦੇਣ ਵਾਲਾ ਹੈ ਗੁਰੂ। ਆ ਜਿਹੜੀ ਇੰਨੀ ਭੀੜ ਹੈ, ਇਹ ਸਾਰੇ ਮੰਗਤੇ ਹੀ ਹੈ ਨਾ ਗੁਰੂ ਦੇ ਦਰ ਤੇ, ਸਾਰੇ ਮੰਗਣ ਹੀ ਆਉਂਦੇ ਆ ਨਾ, ਸਾਰੇ ਝੋਲੀਆਂ ਖਾਲੀ ਲੈ ਕੇ ਆਉਂਦੇ, ਮਨ ਭਾਉਂਦੀਆਂ ਇੱਛਾ ਪੂਰੀਆਂ ਕਰਦਾ ਹੈ, ਬਰਕਤਾਂ ਬਖਸ਼ੀ ਜਾਂਦਾ ਹੈ, ਝੋਲੀਆਂ ਭਰੀ ਜਾਂਦਾ ਹੈ। ਜੇ ਮਿਲਦਾ ਕੱਖ ਨਾ ਹੋਵੇ ਤਾਂ ਗੁਰੂ ਘਰ ਕੀ ਲੈਣ ਆਉਂਦੇ ਹਾਂ ਅਸੀਂ? ਸਾਡਾ ਸੁਭਾਅ ਹੈ ਅਸੀਂ ਮਤਲਬ ਖੋਰ ਲੋਕ ਆ, ਬਖਸ਼ਦਾ ਹੈ ਤੇ ਆਉਂਦੇ ਹਾਂ। ਜਦੋਂ ਕਿਤੇ ਇੱਕ ਅੱਧੀ ਮੰਗ ਪੂਰੀ ਨਹੀਂ ਹੁੰਦੀ, ਪਰਲੇ ਬੰਨੇ ਪਿੰਡ ਦੇ ਕਬਰ ਹੈ, ਅੱਜ ਉੱਥੇ ਹੀ ਦੀਵਾ ਜਗਾਵਾਂਗੇ, ਓ ਮੰਦਿਰ ਹੈ ਅੱਜ ਉੱਥੇ ਹੀ ਟੱਲ ਖੜਕਾਵਾਂਗੇ। ਕਿਸੇ ਨੇ ਪੁੱਛਿਆ ਕੀ ਤੰਗੀ ਹੈ? ਅਖੇ ਅਰਦਾਸ ਕੀਤੀ ਸੀ ਕਾਕਾ ਨੌਕਰੀ ਲੱਗ ਜਾਵੇ ਤੇ ਲੱਗਾ ਨਹੀਂ, ਤੇ ਉਹਨੇ ਅਗਲੇ ਨੇ ਪੁੱਛ ਲਿਆ ਵੀ ਜਦੋਂ ਪਹਿਲਾਂ ਕਾਕਾ ਅਰਦਾਸ ਕੀਤਿਆਂ ਲੱਗਾ ਸੀ ਉਦੋਂ ਨਹੀਂ ਤਸੱਲੀ ਹੋਈ ਗੁਰੂ ਦੀ ਤਾਕਤ? ਗੁਰੂ ਦੀ ਤਾਕਤ ਕੀ ਹੈ? ਦੇਖ ਤੇਰਾ ਕੰਮ ਹੈ ਤਰਲਾ ਲੈਣਾ, ਤੇ ਜਿਹੜੇ ਮਾਲਕ ਨੇ ਜਿਹੜੇ ਅਫਸਰ ਨੇ ਉਹਨਾਂ ਵੇਖਣਾ ਵੀ ਪੂਰਤੀ ਬਖਸ਼ਣੀ ਹੈ ਕਿ ਨਹੀਂ।
ਲੋਕ ਤੇ ਮੰਗਦੇ ਹੀ ਨੇ, ਸਦੀਆਂ ਤੋਂ ਮੰਗ ਰਹੇ ਨੇ। ਇਹ ਉਹਨੇ ਦੇਖਣਾ ਹੈ ਕਰਮਗਤ ਅਨੁਸਾਰ ਵੀ ਇਹਦੀ ਕਰਤੂਤ ਇੰਨੀ ਹੈ ਜਿੰਨਾ ਮੰਗ ਰਿਹਾ ਹੈ। ਯਾਦ ਰੱਖਿਓ, ਕੰਡੇ ਬੀਜੇ ਹੋਏ ਤੇ ਅੰਗੂਰ ਝੋਲੀ ਨਹੀਂ ਪੈਂਦੇ, ਬੀਜ ਮਾੜਾ ਹੋਵੇ ਤੇ ਮੰਡੀ ਫਸਲ ਲੈ ਵੀ ਜਾਈਏ ਸਰਕਾਰ ਪੂਰਾ ਮੁੱਲ ਨਹੀਂ ਦਿੰਦੀ। ਬੀਜ ਚੰਗਾ ਚਾਹੀਦਾ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਕੀਤਾ ਹੈ ਉਹ ਵੱਢਣਾ ਪੈਂਦਾ ਹੈ। ਅੱਛਾ ਵੇਖੋ, ਮੰਡੀ ਵਿੱਚ ਤੁਸੀਂ ਫਸਲ ਲਿਜਾਂਦੇ ਹੋ, ਇੱਕ ਦੀ ਚੰਗੀ ਹੈ ਚੰਗਾ ਮੁੱਲ ਮਿਲ ਗਿਆ, ਇੱਕ ਦੀ ਮੰਦੀ ਹੈ ਮੰਦਾ ਮਿਲ ਗਿਆ, ਕਸੂਰ ਸਰਕਾਰ ਦਾ ਨਹੀਂ ਹੈ, ਇੱਕ ਨੇ ਮਿਹਨਤ ਕੀਤੀ ਹੈ, ਇੱਕ ਦੀ ਫਸਲ ਚੰਗੀ ਹੈ ਮੁੱਲ ਜ਼ਿਆਦਾ ਵੱਟ ਲਿਆ, ਚੰਗੇ ਕਰਮ ਨੇ। ਪਰਮਾਤਮਾ ਫਲ ਪ੍ਰਦਾਤਾ ਹੈ, ਫਸਲ ਤੋਂ ਬੀਜ ਲਈ ਹੈ, ਚੰਗੇ ਹੋਏ ਤੇ ਅੰਗੂਰ ਦਾਖਾਂ ਮਿਲਣਗੀਆਂ, ਜੇ ਕਿੱਕਰਾਂ ਬੀਜੀਆਂ ਹੋਈਆਂ ਤੇ ਕੰਡੇ ਮਿਲਣੇ ਨੇ। ਜੇ ਅੱਜ ਹੱਸਦਾ ਹੈ ਤੇ ਸਮਝ ਲਈ ਕਿਸੇ ਨੂੰ ਹਸਾਇਆ ਹੋਵੇਗਾ, ਚੰਗੇ ਕੰਮ ਕੀਤੇ ਨੇ। ਜੇ ਅੱਖਾਂ 'ਚ ਘਸੁੰਨ ਦੇ ਕੇ ਰੋਣਾ ਹੈ ਤੇ ਸਮਝ ਲਈ ਕਈਆਂ ਨੂੰ ਰਵਾਇਆ ਹੋਵੇਗਾ। ਫਿਰ ਪੜ੍ਹਦੇ ਹੋ, ਜੋ ਮੈਂ ਕੀਆ ਸੋ ਮੈਂ ਪਾਇਆ, ਐਸੀ ਖੇਡ ਹੈ। ਪਰ ਸਾਡਾ ਸੁਭਾਅ ਹੈ, ਖੁਸ਼ੀਆਂ ਹੁਣ ਤੇ ਗੁਰੂ ਚੇਤੇ, ਕਿਤੇ ਗਮੀ ਆ ਜਾਵੇ ਤੇ ਦੌੜ ਉੱਠਦੇ ਹੈ। ਪਰ ਤੂੰ ਸਮਝਿਆ ਨਹੀਂ, ਬੱਚੇ ਨੂੰ ਸੁੱਖ ਸੀ ਤੇ ਮਾਂ ਦੇ ਪੱਲੇ ਨਾਲ ਲੱਗ ਕੇ ਬਤੀਤ ਹੋਇਆ ਹੈ, ਦੁੱਖ ਵੀ ਆ ਗਿਆ ਤੇ ਮਾਂ ਦਾ ਪੱਲਾ ਨਾ ਛੱਡੀ। ਸ਼ਰੀਕ ਕਦੇ ਵੀ ਦੁੱਖ ਵਡਾਉਂਦੇ ਨਹੀਂ, ਦੁੱਖ ਵਧਾਉਂਦੇ ਹੁੰਦੇ ਨੇ। ਗੁਰੂ ਨੂੰ ਛੱਡਿਆਂ ਗੁਜ਼ਾਰਾ ਨਹੀਂ ਹੈ, ਭਾਵੇਂ ਸੁੱਖ ਵਿੱਚ ਹੋਵੇ ਤੇ ਭਾਵੇਂ ਦੁੱਖ ਵਿੱਚ ਹੋਵੇ। ਖੈਰ, ਰੋਜ਼ੀ ਰੋਟੀ ਦੇਣ ਵਾਲਾ ਹੈ। ਪੀਰ ਬੁੱਧੂ ਸ਼ਾਹ ਦੇ ਦਰ ਤੇ 500 ਪਠਾਣ ਨੂੰ ਮੁਗਲਾਂ ਨੂੰ ਲੈ ਕੇ ਆ ਗਏ, ਨੌਕਰੀ ਤੇ ਰੱਖ ਲਿਆ ਗਿਆ। ਅੱਜ ਪਰਖ ਦਾ ਸਮਾਂ ਆਇਆ ਹੈ। 22 ਧਾਰ ਦੇ ਰਾਜੇ ਭੰਗਾਣੀ ਦੇ ਯੁੱਧ ਵਿੱਚ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਆ ਗਏ ਨੇ। 22 ਧਾਰ ਦੇ ਰਾਜਿਆਂ ਚੋਂ ਮਹਾਨ ਸੂਰਬੀਰ ਬਲੀ ਬਲਵਾਨ ਯੋਧਾ ਜਿਹਦਾ ਨਾਂ ਸੀ ਹਰੀ ਚੰਦ, ਸਾਹਮਣੇ ਆਇਆ ਕਲਗੀਧਰ ਪਾਤਸ਼ਾਹ ਦੇ। ਇਹ ਜੰਗ ਯਤਨ ਕਰਿਓ ਪੜ੍ਹਨ ਦਾ, ਬਚਿੱਤਰ ਨਾਟਕ ਵਿੱਚ ਆਟੋਬਾਇਓਗ੍ਰਾਫੀ ਆਪਣੇ ਜੀਵਨ ਵਿੱਚ ਪਾਤਸ਼ਾਹ ਨੇ ਆਪਣੀ ਜੰਗ ਆਪ ਲਿਖੀ ਹੈ। ਗੁਰੂ ਪਾਤਸ਼ਾਹ ਨੇ ਉੱਥੇ ਲਿਖਿਆ ਹੈ ਵੀ ਹਰੀ ਚੰਦ ਰਾਜਪੂਤ ਬੜਾ ਤਕੜਾ ਸੂਰਮਾ ਸੀ, ਕਹਿੰਦੇ ਮੇਰੇ ਸਾਹਮਣੇ ਆ ਗਿਆ ਮੈਦਾਨੇ ਜੰਗ ਵਿੱਚ। ਇਹਦੇ ਤੋਂ ਪਹਿਲਾਂ ਇਸ ਮੈਦਾਨੇ ਜੰਗ ਦੇ ਅੰਦਰ ਮਾਤਾ ਵੀਰੋ, ਬੀਬੀ ਵੀਰੋ ਜਿਹਨੂੰ ਕਹਿੰਦੇ ਹੋ, ਗੁਰੂ ਹਰਗੋਬਿੰਦ ਸਾਹਿਬ ਦੀ ਲਖਤੇ ਜਿਗਰ, ਗੁਰੂ ਗੋਬਿੰਦ ਸਿੰਘ ਦੀ ਭੂਆ, ਗੁਰੂ ਤੇਗ ਬਹਾਦਰ ਸਾਹਿਬ ਦੇ ਭੈਣ ਜੀ, ਮਾਤਾ ਵੀਰੋ ਦੇ 5 ਪੁੱਤਰ ਇਸ ਮੈਦਾਨੇ ਜੰਗ ਦੇ ਅੰਦਰ ਸੰਗੋ ਸ਼ਾਹ, ਗੁਲਾਬ ਚੰਦ, ਜੀਤ ਮੱਲ, ਗੰਗਾ ਰਾਮ ਅਤੇ ਮਾਹਰੀ ਚੰਦ, ਇਹ 5 ਮੈਦਾਨੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ 22 ਧਾਰ ਦੇ ਰਾਜਿਆਂ ਨਾਲ ਲੜੇ ਸਨ। ਇਸ ਜੰਗ ਦੇ ਅੰਦਰ ਜੀਤ ਮੱਲ ਤੇ ਸੰਗੋ ਸ਼ਾਹ ਸ਼ਹੀਦ ਹੋਏ। 80,000 ਫੌਜ ਲੈ ਕੇ ਗੁਰੂ ਗੋਬਿੰਦ ਸਿੰਘ ਨੂੰ ਘੇਰਾ ਪੈ ਗਿਆ ਤੇ 50 ਸਿੰਘ ਨੇ ਪਾਤਸ਼ਾਹ ਕੋਲ, 500 ਮੁਗਲਾਂ ਦੀ ਫੌਜ ਨਾਲ। ਇਹ 500 ਦੌੜ ਗਿਆ ਸੀ, ਜਿਹੜਾ ਪੀਰ ਬੁੱਧੂ ਸ਼ਾਹ ਨੇ ਨੌਕਰ ਰਖਵਾਇਆ ਸੀ ਉਹ 500 ਪਠਾਣ ਮੁਗਲ ਸਿਪਾਹੀ ਦੌੜ ਗਏ ਸਨ। ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਾ 4 ਪੁੱਤਰ ਤੇ 700 ਮੁਰੀਦ ਲੈ ਕੇ ਜੰਗ ਵਿੱਚ ਸ਼ਾਮਲ ਹੋਇਆ ਸੀ। ਪਰ ਵੇਖੋ ਫਰਕ, ਮਹਾਰਾਜ ਪੀਰ ਬੁੱਧੂ ਸ਼ਾਹ ਦੇ 700 ਮਰੀਦ ਆਉਣ ਤੋਂ ਪਹਿਲਾਂ, 4 ਪੁੱਤਰ ਆਉਣ ਤੋਂ ਪਹਿਲਾਂ 50 ਸਿੰਘ ਲੈ ਕੇ ਜੰਗ ਲੜ ਰਹੇ ਨੇ। ਹਰੀ ਚੰਦ ਦਾ ਸਾਂਝਾ ਵਾਰ ਜੀਤ ਮੱਲ ਦੇ ਨਾਲ ਚੱਲਿਆ, ਮਹਾਵੀਰੋ ਦਾ ਲਖਤੇ ਜਿਗਰ ਭਾਈ ਜੀਤ ਮੱਲ ਆਮੋ ਸਾਹਮਣੇ ਵਾਰ ਦੇ ਅੰਦਰ, ਆਮੋ ਸਾਹਮਣੇ ਜਦੋਂ ਵਾਰ ਚੱਲੇ, ਦੋਵਾਂ ਨੂੰ ਵਾਰ ਲੱਗਿਆ, ਹਰੀ ਚੰਦ ਬੇਹੋਸ਼ ਹੋ ਗਿਆ ਤੇ ਜੀਤ ਮੱਲ ਸ਼ਹੀਦ ਹੋ ਗਿਆ, ਮੂਰਛਿਤ ਹੋਇਆ, ਹਰੀ ਚੰਦ ਉੱਠਿਆ ਹੈ।
ਜਦੋਂ ਹਰੀ ਚੰਦ ਉੱਠਿਆ ਤੇ ਉਹਨੇ ਫੌਜਾਂ ਨੂੰ ਪੁੱਛਿਆ, ਕਿਉਂਕਿ ਹੋਸ਼ ਹੁਣੇ ਆਈ ਸੀ, ਜੰਗ ਦਾ ਕੀ ਬਣਿਆ ਹੈ? ਕਹਿੰਦੇ ਜੰਗ ਜਾਰੀ ਹੈ। ਗੁਰੂ ਗੋਬਿੰਦ ਸਿੰਘ ਕਿੱਥੇ ਨੇ? ਕਹਿੰਦੇ ਉਹ ਲੜਦੇ ਨੇ, ਗੋਬਿੰਦ ਰਾਏ ਜੀ ਉਹ ਲੜਦੇ ਨੇ। ਤੇ ਗੁਰੂ ਗੋਬਿੰਦ ਰਾਏ ਦੇ ਸਾਹਮਣੇ ਜਾ ਕੇ ਆਖਣ ਲੱਗਾ, ਗੈਰਾਂ ਦੇ ਪੁੱਤ ਮਰਵਾਉਣ ਨਾਲੋਂ ਚੰਗਾ ਹੈ ਆਪਾਂ ਦੋਵੇਂ ਦੋ ਹੱਥ ਕਰ ਲਈਏ। ਗੁਰੂ ਗੋਬਿੰਦ ਸਿੰਘ, ਮੈਂ ਸੁਣਿਆ ਹੈ ਤੁਹਾਡਾ ਘੋੜਾ ਵੱਡੇ ਵੱਡੇ ਪਰਬਤਾਂ ਦੀ ਹਿੱਕ ਮਿੱਧ ਕੇ ਨੰਗ ਜਾਂਦਾ ਹੈ। ਇਹ ਨੀਲਾ ਸੁਣਿਆ ਹੈ, ਨੀਲਾ ਘੋੜਾ ਪਰਬਤਾਂ ਨੂੰ ਰੌਂਦ ਕੇ ਨੰਗਦਾ ਹੈ, ਸੁਣਿਆ ਹੈ ਬੜਾ ਫੁਰਤੀਲਾ ਹੈ, ਸੁਣਿਆ ਹੈ ਇਹਨੂੰ ਘੇਰ ਕੇ ਰੱਖਿਆ ਨਹੀਂ ਜਾ ਸਕਦਾ, ਇਹ ਘੇਰੇ ਤੋੜ ਕੇ ਨੰਗਦਾ ਹੈ। ਅੱਜ 80,000 ਫੌਜ ਦਾ ਘੇਰਾ ਹੈ, ਅੱਜ ਵੇਖਾਂਗਾ ਵੀ ਤੇਰਾ ਨੀਲਾ ਘੋੜਾ ਕਿਵੇਂ ਇਸ ਫੌਜ ਦੇ ਪਹਾੜ ਨੂੰ ਰੌਂਦ ਕੇ ਨੰਗਦਾ ਹੈ, ਅੱਜ ਵੇਖਾਂਗਾ। ਕਹਿੰਦਾ ਸੁਣਿਆ ਹੈ ਤੇਰੇ ਤੀਰ ਦੀ ਧਾਰ ਤੋਂ ਅੱਜ ਤੱਕ ਕੋਈ ਬਚ ਨਹੀਂ ਸਕਿਆ, ਅੱਜ ਵੇਖਾਂਗਾ ਤੇਰੇ ਤੀਰ ਦੀ ਧਾਰ ਇਸ ਫੌਲਾਦੀ ਸੀਨੇ ਨੂੰ, ਇਸ ਹਰੀ ਚੰਦ ਦੇ, ਇਸ ਰਾਜਪੂਤ ਦੇ ਸੀਨੇ ਨੂੰ ਕਿੱਦਾਂ ਵਿੰਨਦੀ ਹੈ। ਪਰ ਇੱਕ ਗੱਲ ਹੈ, ਜਵਾਨੀ ਵਿੱਚ ਤੁਸੀਂ ਹਜੇ ਖੰਡੇ ਦੀ ਪੌਲ ਨਹੀਂ ਸੀ ਤਿਆਰ ਹੋਈ, ਉਹ ਤੇ 1699 ਵਿੱਚ ਹੋਣੀ ਹੈ। ਭੰਗਾਣੀ ਦਾ ਇਹ ਪਹਿਲਾ ਯੁੱਧ ਹੈ 14 ਯੁੱਧਾਂ ਵਿੱਚੋਂ। ਵੇਖੋ ਇੱਥੇ ਕਿ 18-20 ਵਰਿਆਂ ਦੇ ਇਰਦ ਗਿਰਦ ਉਮਰ ਹੈ ਪਾਤਸ਼ਾਹ ਦੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਜੇ ਗੋਬਿੰਦ ਰਾਏ ਦੇ ਰੂਪ ਵਿੱਚ ਨੇ। ਕਹਿੰਦੇ 50 ਸਿੰਘ ਲੈ ਕੇ, ਇਹ 50 ਸਿੱਖ ਲੈ ਕੇ ਮੇਰਾ ਮੁਕਾਬਲਾ ਕਰੇਗਾ। ਆ ਸਾਹਮਣੇ 22 ਧਾਰ ਦੀਆਂ ਵਾਦੀਆਂ ਵਿੱਚ ਮੇਰੇ ਵਰਗਾ ਵੀ ਹਰੀ ਚੰਦ ਕਹਿੰਦਾ ਕੋਈ ਤੀਰ ਅੰਦਾਜ਼ ਨਹੀਂ ਹੈ। ਜੇ ਤੇਰੇ ਤੀਰ ਦੀ ਧਾਰ ਕਦੇ ਖਾਲੀ ਨਹੀਂ ਗਈ ਤੇ ਮੇਰੇ ਤੀਰ ਦੀ ਧਾਰ ਤੋਂ ਵੀ ਅੱਜ ਤੱਕ ਕੋਈ ਬਚ ਨਹੀਂ ਸਕਿਆ। ਬੜਾ ਮਾਣ ਸ਼ੀਸ਼ ਨੂੰ। ਪਹਿਲਾ ਵਾਰ ਕਰ, ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਪਹਿਲਾ ਵਾਰ ਕਰ। ਤੇ ਗੋਬਿੰਦ ਰਾਏ ਕੁੱਲ ਕਾਇਨਾਤ ਦੇ ਮਾਲਕ ਆਖਣ ਲੱਗੇ, ਹਰੀ ਚੰਦਾ, ਫਕੀਰ ਕਿਸੇ ਨਾਲ ਵੈਰ ਨਹੀਂ ਰੱਖਦਾ, ਸਾਡਾ ਤਖਤ ਫਕੀਰਾਂ ਦਾ ਤਖਤ ਹੈ, ਫਕੀਰ ਕਦੇ ਪਹਿਲ ਨਹੀਂ ਕਰਦਾ, ਸੰਤ ਕਦੇ ਪਹਿਲ ਨਹੀਂ ਕਰਦਾ, ਫਕੀਰ ਬੜੇ ਠੰਡੇ ਨੇ, ਸਮੁੰਦਰ ਸ਼ਾਂਤ ਹੁੰਦਾ, ਨਿੱਕੀਆਂ ਮੋਟੀਆਂ ਨਦੀਆਂ ਨਾਲੇ ਉੱਛਲਦੇ ਨੇ, ਸਮੁੰਦਰ ਛੇਤੀ ਉੱਛਲਦਾ ਨਹੀਂ ਹੈ। ਹਰੀ ਚੰਦਾ ਵੰਗਾਰਿਆ ਤੂੰ ਹੈ, ਪਹਿਲਾ ਵਾਰ ਤੂੰ ਕਰ। ਹਰੀ ਚੰਦ ਸੋਚੀ ਪੈ ਗਿਆ ਵੀ ਗੁਰੂ ਨੂੰ ਰਾਜਨੀਤੀ ਆਉਂਦੀ ਨਹੀਂ ਹੈ, ਜੇ ਰਾਜਨੀਤੀ ਆਉਂਦੀ ਹੁੰਦੀ ਤੇ ਦੁਸ਼ਮਣ ਨੂੰ ਕਦੇ ਵੀ ਪਹਿਲਾ ਵਾਰ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ। ਤੁਸੀਂ ਜਾਣਦੇ ਹੋ ਯੁੱਧ ਦੇ ਵਿੱਚ ਰਾਜਨੀਤੀ ਦੇ ਅੰਦਰ ਦੁਸ਼ਮਣ ਨੂੰ ਪਹਿਲ ਕਰਨ ਦਾ ਮੌਕਾ ਦੇਣਾ, ਮੌਤ ਨੂੰ, ਹਾਰ ਨੂੰ ਆਮੰਤ੍ਰਿਤ ਕਰਨਾ ਹੈ, ਦੁਸ਼ਮਣ ਨੂੰ ਮਾਰਨਾ ਹੈ ਤੇ ਟੁੱਟ ਕੇ ਪੈ ਜਾਓ ਰਾਜਨੀਤੀ ਕਹਿੰਦੀ ਹੈ, ਚਾਣਕਿਆ ਨੀਤੀ ਕਹਿੰਦੀ ਹੈ, ਪਹਿਲ ਕਰ ਲਵੋ, ਸੰਭਲ ਨਾ ਦਿਓ ਦੁਸ਼ਮਣ ਨੂੰ। ਪਰ ਗੁਰੂ ਗੋਬਿੰਦ ਸਿੰਘ ਫਕੀਰਾਂ ਦੇ ਤਖਤ ਦਾ ਮਾਲਕ ਹੈ, ਕਹਿੰਦੇ ਨਹੀਂ ਹਰੀ ਚੰਦਾ ਪਹਿਲ ਤੂੰ ਕਰੇਗਾ, ਵੰਗਾਰਿਆ ਤੂੰ ਹੈ। ਹੁਣ ਹਰੀ ਚੰਦ ਨੂੰ ਮਾਣ ਹੈ, ਅੰਦਰੋਂ ਖੁਸ਼ ਹੈ, ਅੰਦਰੋਂ ਬੜਾ ਖੁਸ਼ ਹੈ ਵੀ ਮੇਰਾ ਤੀਰ ਤੇ ਕਦੇ ਖਾਲੀ ਗਿਆ ਹੀ ਨਹੀਂ। ਸੋਚਿਆ ਵੀ ਕਿਤੇ ਗੋਬਿੰਦ ਰਾਏ ਮੈਦਾਨੇ ਜੰਗ ਚੋਂ ਦੌੜ ਨਾ ਜਾਵੇ, ਪਹਿਲਾਂ ਇਹਦਾ ਘੋੜਾ ਹੀ ਢਾ ਲਈਏ, ਕੱਢ ਕੇ ਪੱਥੇ ਚੋਂ ਤੀਰ ਚਾੜ ਕੇ ਤੰਦ ਉੱਤੇ ਉਸ ਹਰੀ ਚੰਦ ਨੇ ਜਦੋਂ ਛੱਡਿਆ, ਕੁੱਲ ਕਾਇਨਾਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੇ ਘੋੜੇ ਵੱਲ ਨੂੰ ਵਧਿਆ ਤੇ ਪਾਤਸ਼ਾਹ ਨੇ ਅੱਡੀ ਲਾ ਕੇ ਘੋੜਾ ਪਾਸੇ ਹਟਾ ਲਿਆ। ਭਾਰਤ ਵਰਸ਼ ਦੇ ਇਤਿਹਾਸ ਅੰਦਰ ਹਰੀ ਚੰਦ ਉਂਗਲਾਂ ਮੂੰਹ ਵਿੱਚ ਪਾ ਕੇ ਦੰਦੀਆਂ ਵੱਢਣ ਲੱਗ ਪਿਆ ਵੀ ਇਹਨਾਂ ਉਂਗਲਾਂ ਨਾਲ ਕਦੇ ਵਾਰ ਖਾਲੀ ਨਹੀਂ ਸੀ ਗਿਆ, ਅੱਜ ਵਾਰ ਖਾਲੀ ਚਲਾ ਗਿਆ ਹੈ। ਹਰੀ ਚੰਦ ਕੋਪੇ, ਕਮਾਨੰ ਸੰਭਾਰੰ ਪ੍ਰਥਮ ਬਾਜੀਅੰਗ ਤਾਣ ਬਾਣੰ ਪ੍ਰਹਾਰੰ,
ਦਸਮ ਬਾਣੀ ਹੈ। ਜਦੋਂ ਸਮਝ ਨਹੀਂ ਆਉਂਦੀ ਤਾਂ ਅਸੀਂ ਕਹਿ ਦਿੰਦੇ ਅਸੀਂ ਮੰਨਦੇ ਹੀ ਨਹੀਂ ਦਸਮ ਗ੍ਰੰਥ ਨੂੰ। ਮਹਿੰਗੀ ਤੇ ਹੈ, ਔਖੀ ਤੇ ਹੈ। ਔਖੀ ਪਤਾ ਕਿਉਂ ਲੱਗਦੀ ਹੈ? ਅਸੀਂ ਅਲਪੱਗ ਬੁੱਧੀ ਹਾਂ। ਤੁਹਾਡੀ ਤੇ ਮੇਰੀ ਹਸਤੀ ਗੁਰੂ ਗੋਬਿੰਦ ਸਿੰਘ ਸਾਹਮਣੇ ਕੀੜੇ ਵਾਲੀ ਹੈ। ਸਾਡੀ ਬੁੱਧੀ ਦੀ ਕੋਈ ਸੀਮਾ ਹੈ? ਤੇ ਬਾਣੀ ਲਿਖੀ ਹੈ ਅਸੀਮ ਬੁੱਧੀ ਨੇ, ਜਿਹਦੀ ਸੀਮਾ ਹੀ ਕੋਈ ਨਹੀਂ ਹੈ। ਕੁੱਲ ਕਾਇਨਾਤ ਦੇ ਮਾਲਕ ਦੇ ਬੋਲ ਨੇ, ਅਸੀਂ ਮਾਮੂਲੀ ਲੋਕ ਸਮਝ ਨਹੀਂ ਪਾਉਂਦੇ। ਤੇ ਉਹ ਕੀ ਕਹਿੰਦੇ ਦੇ ਹੱਥ ਨਾ ਪਹੁੰਚੇ ਥੂ ਕੌੜੀ। ਮੁਸ਼ਕਲ ਇਹ ਹੈ, ਕੌੜਾ ਨਾ ਆਖ, ਇਹ ਆਖ ਪਾਤਸ਼ਾਹ ਕਿਰਪਾ ਕਰੋ। ਅਲਪੱਗ ਬੁੱਧੀ ਹੈ, ਅਕਲ ਥੋੜੀ ਹੈ, ਗਿਆਨੀ ਲੋਕ ਹੈ, ਕਿਰਪਾ ਕਰੋ, ਸਿਰ ਤੇ ਹੱਥ ਰੱਖੋ, ਤੁਹਾਡੀ ਬਾਣੀ ਦੀ ਸਮਝ ਪੈ ਜਾਵੇ। ਅਸੀਂ ਜੇ ਕੱਟਣ ਤੁਰ ਪਏ ਹਾਂ, ਅਸੀਂ ਜੇ ਇਤਿਹਾਸ ਨੂੰ ਵੱਢਣ ਤੁਰ ਪਏ ਹਾਂ, ਇਹ ਤੇ ਉਹ ਗੱਲ ਬਣ ਗਈ ਹੈ ਵੀ ਮੂਰਖ ਰੁੱਖ ਤੇ ਚੜਿਆ ਜਿਹੜੀ ਟਾਹਣੀ ਤੇ ਬੈਠਾ ਭਈ ਵੱਢਣ ਲੱਗ ਪਿਆ ਹੈ। ਐਸੇ ਐਸੇ ਨਗੀਨੇ, ਐਸੇ ਐਸੇ ਨਗ ਪਏ ਨੇ ਦਸਮ ਬਾਣੀ ਇਤਿਹਾਸ ਦੇ ਵਿੱਚ, ਅਸੀਂ ਆਪ ਹੀ ਗਵਾਂਢੀਆਂ ਨੂੰ ਲੁਟਾਈ ਜਾਂਦੇ ਹਾਂ ਵੀ ਸਾਡਾ ਕੱਖ ਨਹੀਂ ਹੈ ਇਹਦੇ ਵਿੱਚ। ਮੈਂ ਹੈਰਾਨ ਹਾਂ, ਅਸੀਂ ਕਹਿ ਰਹੇ ਹਿੰਦੂ ਵੀਰਾਂ ਲਿਖੀ ਹੈ, ਕੋਈ ਹਿੰਦੂ ਅੱਜ ਤੱਕ ਪੈਦਾ ਹੋਇਆ ਜਿਹੜਾ ਆਖੇ ਮੈਂ ਗਣੇਸ਼ ਨੂੰ ਨਹੀਂ ਮੰਨਦਾ, ਮੈਂ ਨਾ ਗਣੇਸ਼ ਹੈ? ਜੇ ਕੋਈ ਹੋਇਆ ਤਾਂ ਮੈਨੂੰ ਵੀ ਮਿਲਾ ਦਿਓ, ਫਿਰ ਮੈਂ ਮੰਨ ਲਊਂ ਵੀ ਬਾਣੀ ਦਸਮ ਪਾਤਸ਼ਾਹ ਦੀ ਨਹੀਂ। ਮੈਂ ਨਾ ਗਣੇਸ਼ ਹੈ, ਪ੍ਰਥਮ ਨਾਉ ਕਿਸ਼ਨ ਵਿਸ਼ਨ ਕਬਹੂ ਨਾ ਧਿਆਉ, ਮੈਂ ਨਹੀਂ ਮੰਨਦਾ ਕਿਸੇ ਨੂੰ। ਤੇ ਕਿਸੇ ਨੇ ਪੁੱਛਿਆ ਮੰਨਦਾ ਕਿਹਨੂੰ ਹੈ? ਤੇ ਕਲਗੀ ਤਾਂ ਰੱਖਣ ਲੱਗੇ, ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ, ਸਮਝਿਓ ਹਮਾਰਾ ਕੁੱਲ ਕਾਇਨਾਤ ਦਾ ਆਦ ਹੈ ਜੋ, ਅੰਤ ਤੱਕ ਰਹਿਣ ਵਾਲਾ ਜੋ ਪਰਮਾਤਮਾ ਹੈ, ਮੈਂ ਤੇ ਉਹਨੂੰ ਮੰਨਦਾ। ਮੈਂ ਕਰਤੇ ਨੂੰ ਮੰਨਦਾ, ਕ੍ਰਿਤ ਨੂੰ ਨਹੀਂ ਮੰਨਦਾ ਮੈਂ। ਪਰ ਕ੍ਰਿਤ ਨੂੰ ਮਾੜਾ ਵੀ ਨਹੀਂ ਆਖਿਆ, ਦੇਵੀ ਦੇਵਤਿਆਂ ਨੂੰ ਮਾੜਾ ਨਹੀਂ ਆਖਿਆ, ਬਾਣੀ ਨੇ ਮੰਨਿਆ ਨਹੀਂ। ਉਹ ਕ੍ਰਿਤ ਹੈ, ਅਸੀਂ ਕਰਤੇ ਨੂੰ ਮੰਨਦੇ ਹਾਂ ਜਿਹੜਾ ਦੇਵੀ ਦੇਵਤਿਆਂ ਨੂੰ ਬਣਾਉਣ ਵਾਲਾ ਹੈ, ਜਿਹਦੇ ਬਾਰੇ ਚੰਡੀ ਦੀ ਵਾਰ ਚ ਲਿਖਿਆ, ਤੈਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹ ਸਿਰਕਾਇਆ। ਅਸੀਂ ਉਸ ਨੂੰ ਮੰਨਦੇ ਹਾਂ, ਅਕਾਲ ਪੁਰਖ ਨੂੰ। ਅੱਛਾ, ਕੋਈ ਹਿੰਦੂ ਵੀਰ ਭਾਰਤ ਵਰਸ਼ ਵਿੱਚ ਇਹ ਲਿਖ ਦੇਵੇ ਵੀ ਮੈਂ ਗਣੇਸ਼ ਨੂੰ ਨਹੀਂ ਮੰਨਦਾ, ਤੇ ਡਾਂਗ ਇੱਦਾਂ ਵਰਨੀ ਹੈ ਵੀ ਅਗਲੀ ਵਾਰ ਕਲਮ ਚੁੱਕਣ ਜੋਗਾ ਨਹੀਂ, ਛੱਡਣਾ ਬਾਂਭਣਾ ਨੇ। ਹਿੰਦੂ ਕਿਵੇਂ ਬੋਲੇਗਾ ਆਪਣੇ ਇਸ਼ਟ ਦੇ ਉਲਟ? ਹਿੰਦੂ ਵੀਰ ਤੇ ਗਣੇਸ਼ ਤੋਂ ਬਿਨਾਂ ਸਾਹ ਨਹੀਂ ਲੈਂਦੇ। ਹਿੰਦੂ ਵੀਰ ਤੇ ਕ੍ਰਿਸ਼ਨ ਜੀ ਦੀ ਪੂਜਾ ਕਰਦੇ ਨੇ, ਰਾਮ ਜੀ ਦੀ ਪੂਜਾ ਕਰਦੇ ਨੇ। ਜਿਵੇਂ ਸਾਨੂੰ ਸਾਡਾ ਇਸ਼ਟ ਪਿਆਰਾ, ਹਿੰਦੂ ਵੀਰਾਂ ਨੂੰ ਆਪਣਾ ਪਿਆਰਾ ਹੈ। ਆਪਣੇ ਘਰ ਵਿੱਚ ਹੀਰੇ ਪਏ ਨੇ ਤੇ ਲੋਕਾਂ ਦੇ ਘਰੀ ਸੁੱਟ ਰਹੇ ਹਾਂ ਵੀ ਸਾਡੇ ਨਹੀਂ, ਇਹਨੂੰ ਮੂਰਖਤਾ ਕਹਿੰਦੇ ਨੇ। ਖੈਰ, ਇਹਨਾਂ ਦੀ ਗਲਤੀ ਨਹੀਂ ਹੈ, ਅਸੀਮ ਦੀ ਬਾਣੀ ਹੈ, ਇਹਨਾਂ ਦੀ ਸਾਡੀ ਸੁਰਤੀ ਦੀ ਸੀਮਾ ਹੈ, ਭੁਲੇਖਾ ਪੈ ਹੀ ਜਾਂਦਾ ਹੈ ਕਈ ਵਾਰ। ਹਰੀ ਚੰਦ ਕੋਪੇ ਕਮਾਨੰਗ ਸੰਭਾਰੰਗ ਪ੍ਰਥਮ ਬਾਜੀਅੰਗ ਤਾਣ ਬਾਣੰਗ ਪ੍ਰਹਾਰੰਗ, ਕੋਪ ਕੇ ਹਰੀ ਚੰਦ ਰਾਜੇ ਨੇ ਪੱਥੇ ਚੋਂ ਤੀਰ ਕੱਢ ਕੇ ਚਾੜ ਕੇ ਤੰਦ ਉੱਤੇ ਬਾਜ਼ੀ ਨੂੰ ਹਾਥੀ ਨੂੰ ਵੇਖ ਕੇ ਛੱਡਿਆ ਹੈ, ਘੋੜੇ ਨੂੰ ਵੇਖ ਕੇ ਛੱਡਿਆ ਹੈ। ਬਾਜ਼ੀ ਘੋੜੇ ਨੂੰ ਕਹਿੰਦੇ ਨੇ, ਬਾਜ਼ ਫਾਰਸੀ ਵਿੱਚ ਘੋੜੇ ਨੂੰ ਕਹਿੰਦੇ ਨੇ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼, ਕਹਿੰਦੇ ਮੇਰੇ ਘੋੜੇ ਵੱਲ ਵੇਖ ਕੇ ਨਾ ਉਹਨੇ ਪਹਿਲਾ ਵਾਰ ਕਰ ਦਿੱਤਾ, ਖਾਲੀ ਚਲਿਆ ਗਿਆ। ਘੋੜਾ ਚੰਚਲ ਸੀ, ਅੱਡੀ ਲਾਈ ਪਾਤਸ਼ਾਹ ਨੇ ਪਾਸੇ ਹੋ ਗਿਆ, ਹਰੀ ਚੰਦ ਦਾ ਮੂੰਹ ਨਾ ਐਡਾ ਕੁ ਬਣ ਗਿਆ, ਐਡਾ ਰੰਗ ਗਿਆ ਉੱਡ। ਰੰਗ ਇਸ ਲਈ ਉੱਡ ਗਿਆ ਵੀ ਹੁਣ ਗੋਬਿੰਦ ਰਾਏ ਨੇ ਵਾਰ ਕਰਨਾ ਹੈ, ਤੇ ਸੁਣਿਆ ਹੈ ਵੀ ਵਾਰ ਇਹਦਾ ਵੀ ਮੇਰੇ ਵਾਂਗੂ ਖਾਲੀ ਨਹੀਂ ਗਿਆ, ਮੇਰਾ ਤੇ ਖਾਲੀ ਚਲੇ ਗਿਆ, ਇਹਦਾ ਵਾਰ ਖਾਲੀ ਨਹੀਂ ਜਾਂਦਾ। 22 ਧਾਰ ਦੇ ਰਾਜਿਆਂ ਨੇ ਸਭ ਤੋਂ ਚੁੜਵਾਂ ਤੇ ਸੂਰਬੀਰ ਯੋਧਾ ਸਾਹਮਣੇ ਘੱਲਿਆ ਸੀ ਕਲਗੀਧਰ ਦੇ, ਕਹਿੰਦੇ ਕਹਿੰਦਾ ਗੋਬਿੰਦ ਰਾਏ ਜੀ, ਯੁੱਧ ਨੀਤੀ ਇਹ ਕਹਿੰਦੀ ਹੈ ਵੀ ਮੈਂ ਇੱਕ ਵਾਰ ਤੁਹਾਡੇ ਤੇ ਕਰ ਲਿਆ, ਹੁਣ ਵਾਰੀ ਤੁਹਾਡੀ ਹੈ। ਸੂਰਮਾ ਸੀ ਉਹ,
ਭਾਵੇਂ ਖੁਸ਼ ਨਹੀਂ ਸੀ ਅੰਦਰੋਂ ਕਿਉਂਕਿ ਵਾਰ ਖਾਲੀ ਗਿਆ ਹੈ, ਪਰ ਨੀਤੀ ਹੈ ਮੈਦਾਨੇ ਜੰਗ ਦੀ, ਤੁਸੀਂ ਵਾਰ ਕਰੋ। ਤੇ ਗੁਰੂ ਗੋਬਿੰਦ ਸਿੰਘ ਦਾ ਉਹ ਜਵਾਬ ਸੀ ਜਿਹੜਾ ਅੱਜ ਤੱਕ ਮੈਦਾਨੇ ਜੰਗ ਵਿੱਚ ਕੋਈ ਸੂਰਮਾ ਨਹੀਂ ਦੇ ਸਕਿਆ। ਗੁਰੂ ਗੋਬਿੰਦ ਸਿੰਘ ਆਖਣ ਲੱਗੇ, ਹਰੀ ਚੰਦਾ, ਮੈਂ ਹਜੇ ਵੀ ਸ਼ਾਂਤ ਰਸ ਵਿੱਚ ਡੁੱਬਿਆ ਹਾਂ, ਮੈਂ ਫਕੀਰ ਹਾਂ, ਦਿਲ ਛੋਟਾ ਨਾ ਕਰ। ਤੂੰ ਕਹਿੰਦਾ ਸੀ ਵਾਰ ਖਾਲੀ ਨਹੀਂ ਜਾਂਦਾ, ਖਾਲੀ ਚਲਿਆ ਗਿਆ ਹੈ, ਜਾ। ਗੁਰੂ ਦੇ ਦਰ ਤੋਂ ਸਦਾ ਹੀ ਝੋਲੀਆਂ ਭਰਦੀਆਂ ਨੇ, ਭਾਵੇਂ ਦੁਸ਼ਮਣ ਵੀ ਕਿਉਂ ਨਾ ਆ ਜਾਵੇ। ਜੋ ਸਰਣੇ ਆਵੇ ਤਿਸ ਕੰਠ ਲਾਵੇ। ਤੇਰੇ ਦਿਲ ਦੀ ਇੱਛਾ ਇਹ ਹੈ ਵੀ ਕਿਤੇ ਗੁਰੂ ਗੋਬਿੰਦ ਰਾਏ ਦੂਜਾ ਵਾਰ ਕਰਨ ਦਾ ਮੌਕਾ ਦਵੇ ਤੇ ਇਤਿਹਾਸ ਹੋਰ ਹੋਵੇਗਾ। ਮੈਂ ਫਕੀਰ ਹਾਂ, ਮੈਂ ਸਮੁੰਦਰ ਹਾਂ, ਤੇ ਸਮੁੰਦਰ ਛੇਤੀ ਉਛਲਦਾ ਨਹੀਂ ਹੈ। ਜਾ ਦੂਜਾ ਵਾਰ ਕਰ ਲੈ। ਦੁਨੀਆਂ ਦੇ ਇਤਿਹਾਸ ਵਿੱਚ ਕਿਸੇ ਮਾਂ ਨੇ ਐਸਾ ਸੂਰਮਾ ਨਹੀਂ ਜਾਇਆ ਜਿਹੜਾ ਦੁਸ਼ਮਣ ਨੂੰ ਆਖੇ ਵੀ ਦੂਜਾ ਵਾਰ ਕਰ ਲੈ। ਹਰੀ ਚੰਦਰ ਖੁਸ਼ ਹੋ ਗਿਆ, ਖੁਸ਼। ਹੈਰਾਨ ਇਸ ਗੱਲੋਂ ਹੈ ਵੀ ਗੁਰੂ ਨਿਰਾ ਰਾਜ ਨੀਤੀ ਤੋਂ ਹੀ ਨਾ ਵਾਕਿਫ ਨਹੀਂ ਹੈ। ਗੁਰੂ ਭੋਲਾ ਵੀ ਬੜਾ, ਇਹਨੂੰ ਪਤਾ ਹੀ ਨਹੀਂ ਵੀ ਦੁਸ਼ਮਣ ਨੂੰ ਦੂਜਾ ਮੌਕਾ ਨਹੀਂ ਦੇਈਦਾ। ਇਹਨੂੰ ਸਮਝ ਹੀ ਨਹੀਂ ਹੈ, ਨਹੀਂ ਇਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ। ਮੂਰਖ ਬੰਦਾ, ਮੈਂ ਫਿਰ ਕਹਿ ਦਵਾਂ, ਰੱਬ ਨਾਲ ਕੀੜਿਆਂ ਦਾ ਮੁਕਾਬਲਾ ਨਹੀਂ ਹੋ ਸਕਦਾ। ਇਹ ਤੇ ਮਨੁੱਖੇ ਜਾਮੇ ਚ ਕਲਗੀ ਧਾਰਾਏ ਨੇ ਤੇ ਖੇਡੇ ਮੱਲੇ ਕਰਦੇ ਨੇ, ਤੇ ਗੁਰੂ ਸਾਹਮਣੇ ਸਾਡੇ ਵਰਗੇ ਲੱਖਾਂ ਕੀੜੇ ਵੀ ਇਕੱਠੇ ਹੋ ਜਾਣ, ਕਿੱਥੇ ਟਿਕ ਸਕਦੇ ਹਾਂ ਅਸੀਂ? ਉਹ ਇੱਥੇ ਦੇ 80,000 ਦਾ ਘੇਰਾ ਹੈ ਉਹਦੇ ਸਾਹਮਣੇ, ਤੇ ਚਮਕੌਰ ਦੀ ਗੜੀ ਵਿੱਚ 10,00,000 ਨਹੀਂ ਟਿਕ ਸਕਿਆ, ਇਹ ਕਿੱਥੋਂ ਟਿਕ ਜਾਣਗੇ ਉਹਦੇ ਅੱਗੇ? ਗੁਰੂ ਗੋਬਿੰਦ ਸਿੰਘ ਸਾਹਮਣੇ ਕੌਣ ਟਿਕੇਗਾ? ਕਹਿੰਦੇ ਸੀ ਜਦੋਂ ਤੇਰੇ ਔਰੰਗਜ਼ੇਬ ਸਿਪਾਹੀ 10,00,000 ਦੀ ਗਿਣਤੀ ਵਿੱਚ ਨੰਗੀਆਂ ਤਲਵਾਰਾਂ ਸਿਪਾਹੀ ਹੱਥਾਂ ਵਿੱਚ ਫੜ ਕੇ ਲੈ ਕੇ ਆਏ ਨਾ, ਪੱਥਿਆਂ ਚੋਂ ਤੀਰ ਕੱਢ ਕੇ ਲੈ ਕੇ ਆਏ। ਗੁਰ ਸਿੰਹੀ ਚੇ ਕਾਰੇ ਕੋ ਨਦ ਚਹਿਲ ਨਰ ਕੇ ਦਹ ਲੱਕ ਬਰਾਇਦ ਬਰੋ ਬੇਖਬਰ। ਬਿਨਾਂ ਖਬਰ ਤੋਂ 10,00,000 ਕੇ ਪੈਮਾ ਸ਼ਿਕਨ, ਕਸਮਾਂ ਤੋੜ ਕੇ 10,00,000 ਸਿਪਾਹੀ ਕੇ ਪੈਮਾ ਸ਼ਿਕਨ। ਬੇਦ ਰੰਗ ਆਮਦਨ ਮਾਇਆ ਤੇਗ ਤੀਰੋ ਤੁਫੰਗ ਆਮਦਨ। ਦਸਮ ਬਾਣੀ ਹੈ, ਜ਼ਫਰਨਾਮੇ ਦੇ ਫਾਰਸੀ ਦੇ ਬੋਲ ਨੇ। 10,00,000 ਨੰਗੀਆਂ ਤਲਵਾਰਾਂ ਲੈ ਕੇ ਮੇਰੇ ਸਾਹਮਣੇ ਆਇਆ, ਤੇ ਜਦੋਂ ਕਹਿੰਦੇ ਮੈਂ ਤਲਵਾਰ ਕੱਢੀ ਨਾ, ਜਦੋਂ ਮੈਂ ਪੱਥੇ ਚੋਂ ਤੀਰ ਕੱਢਿਆ ਨਾ, ਬਲਾ ਚਾਰਗੀ ਧਰਮਿਆ ਆਮਦਮ ਮਾਇਆ ਤੇਗ ਤੀਰੋ ਤੁਫੰਗ ਆਮਦਮ। ਅੱਗੇ ਤੇ ਮੈਂ ਫਕੀਰ ਸੀ ਤੇ ਮਾਲਾ ਹੱਥ ਵਿੱਚ ਰੱਖੀ ਸੀ, ਪਰ ਅੱਜ ਫਕੀਰ ਦੇ ਸਾਹਮਣੇ ਹੱਥ ਜੋੜ ਕੇ ਨਹੀਂ, ਨੰਗੀਆਂ ਤਲਵਾਰਾਂ ਲੈ ਕੇ ਤੇਰੇ ਸਿਪਾਹੀ ਆਏ, ਤੇ ਫਕੀਰ ਨੇ ਵੀ ਮਾਲਾ ਫਿਰ ਰੱਖ ਕੇ ਨੰਗੀ ਤਲਵਾਰ ਕੱਢ ਲਈ, ਮੈਂ ਵੀ ਫਿਰ ਤੀਰ ਕੱਢ ਲਏ, ਮੈਂ ਵੀ ਤੁਫੰਗ ਰਫਲ ਨੂੰ ਕਹਿੰਦੇ ਤੇ ਮੋਢੇ ਤੇ ਪਾ ਲਈ। ਇੱਕ ਬੰਨੇ 10,00,000 ਦਾ ਜਰਨੈਲ ਖਵਾਜਾ ਮਹਿਮੂਦ, ਇੱਕ ਪਾਸੇ 40 ਭੁੱਖੇ ਸਿੰਘਾਂ ਦਾ ਵਾਲੀ ਗੁਰੂ ਗੋਬਿੰਦ ਸਿੰਘ, ਡਰ ਕੇ ਤੇ 40 ਦੇ ਜਰਨੈਲ ਨੂੰ ਲੁਕਣਾ ਚਾਹੀਦਾ ਸੀ। 80,000 ਪੰਘਾਣੀ ਦੇ ਯੁੱਧ ਵਿੱਚ ਗੁਰੂ ਦਾ ਕੀ ਵਿਗਾੜ ਸਕਦਾ ਏ? 10,00,000 ਫੌਜ ਦਾ ਜਰਨੈਲ ਖਵਾਜਾ ਮਹਿਮੂਦ ਜਦੋਂ ਸਾਹਮਣੇ ਆਇਆ ਗੁਰੂ ਗੋਬਿੰਦ ਸਿੰਘ ਦੇ ਤੀਰ ਦੀ ਧਾਰ ਨੂੰ ਵੇਖ ਕੇ ਕਿ ਆ ਖਵਾਜਾ ਮਰਦੂਦ ਬਾ ਸਾਹੇ ਦੀਵਾਰ। 10,00,000 ਦਾ ਜਰਨੈਲ ਗੁਰੂ ਗੋਬਿੰਦ ਸਿੰਘ ਦੇ ਤੀਰ ਦੀ ਧਾਰ ਵੇਖ ਕੇ ਕਿਲੇ ਦੀ ਕੰਧ ਉਲੇ ਲੁਕ ਗਿਆ, ਡਰਦਾ ਬਾਹਰ ਹੀ ਨਹੀਂ ਆਇਆ। 10,00,000 ਫੌਜ ਦੇ ਜਰਨੈਲ ਨੇ ਸਾਹਮਣੇ ਆਉਣ ਦੀ ਜ਼ਰੂਰਤ ਨਹੀਂ ਕੀਤੀ, 80,000 ਉਹਦਾ ਕੀ ਵਿਗਾੜ ਲਵੇਗਾ ਦੱਸੋ? ਇਹ ਕਹਿੰਦਾ ਉਹ ਰਾਤ ਨੂੰ ਚੋਰੀ ਨਿਕਲ ਗਏ 10,00,000 ਦੇ ਘੇਰੇ ਚੋਂ। ਮੈਂ ਕਹਿ ਨੇ ਸਾਰੇ ਆਪਣੇ ਵਰਗੇ ਹੀ ਚੋਰ ਡਾਕੂ ਸਮਝੇ ਨੇ ਕੰਧਾਂ ਟੱਪਣ ਵਾਲੇ।
ਆ ਕਿੰਨੇ ਕੁ ਜਾਣੇ ਹੋ? 2-4 ਹਜ਼ਾਰ ਬੰਦਾ ਹੈ ਨਾ, ਚਲੋ ਛੱਡੋ, 100 ਬੰਦਾ ਵੀ ਘੇਰਾ ਪਾ ਲਵੇ ਤੇ ਬੰਦਾ ਨਿਕਲ ਨਹੀਂ ਸਕਦਾ, ਨੰਗੀਆਂ ਤਲਵਾਰਾਂ ਵਾਲਾ। ਜੇ ਕੋਈ ਬਾਂਹ ਖੜੀ ਕਰਕੇ ਕਹਿ ਸਕਦਾ ਤੇ ਆਪਾਂ ਪਰਖ ਕੇ ਵੇਖ ਲੈਂਦੇ ਵੀ 100 ਬੰਦਾ ਨੰਗੀ ਤਲਵਾਰ ਲੈ ਕੇ ਜਾਣ ਦਾ ਵੈਰੀ ਬਣ ਕੇ ਖਲੋ ਜਾਵੇ ਤੇ ਇੱਕ ਆਖੇ ਮੈਂ ਹੌਲੀ ਜਿਹੀ ਨਿਕਲਣਾ, ਚੋਰੀ ਨਿਕਲਣਾ, ਕਿੱਦਾਂ ਨਿਕਲੇਗਾ? 10 ਲੱਖ ਦਾ ਘੇਰਾ ਹੈ, 5 ਪਿਆਰਿਆਂ ਆਖਿਆ ਪਾਤਸ਼ਾਹ ਜਾਣਾ ਪਵੇਗਾ। ਕੁੱਲ ਕਾਇਨਾਤ ਦੇ ਮਾਲਕ ਨੇ ਨਗਾਰੇ ਵਜਾਏ, ਤਾੜੀ ਲਾਈ, 10 ਲੱਖ ਦੇ ਘੇਰੇ ਨੂੰ ਵੰਗਾਰ ਕੇ ਕਹਿਣ ਲੱਗਾ ਵੀ ਕੁੱਲ ਕੁੱਲ ਆਲਮਾਂ ਦਾ ਮਾਲਕ ਗੁਰੂ ਗੋਬਿੰਦ ਸਿੰਘ 10 ਲੱਖ ਦੇ ਘੇਰੇ ਨੂੰ ਚੀਰ ਕੇ ਨਿਕਲਣ ਲੱਗਾ ਏ, ਜੇ ਕਿਸੇ ਨੇ ਮਾਈ ਦਾ ਦੁੱਧ ਚੁੰਘਿਆ ਏ ਤੇ ਸਾਹਮਣੇ ਆ ਜਾਵੇ, ਤੇ ਜਿਨ੍ਹਾਂ ਨੂੰ ਵੰਗਾਰਿਆ ਏ ਸਾਹਮਣੇ ਆਉਣਗੇ। ਉਹ 10 ਲੱਖ ਦੇ ਘੇਰੇ ਨੇ ਇਹ ਯਤਨ ਕੀਤਾ ਵੀ ਗੁਰੂ ਢਾ ਲਈਏ, ਗੁਰੂ ਵੱਢ ਲਈਏ, ਗੁਰੂ ਦੀਆਂ ਮੁਸ਼ਕਾਂ ਬੰਨ ਲਈਏ, ਇਹਦਾ ਸਿਰ ਲਾ ਦਈਏ, ਪਰ ਫਿਰ ਕਹਿ ਦਵਾਂ ਲੱਖਾਂ ਕੀੜੇ ਲੱਖਾਂ ਗਿੱਦੜ ਸ਼ੇਰ ਦਾ ਵਿਗਾੜ ਕੱਖ ਨਹੀਂ ਸਕਦੇ। ਕੱਢ ਕੇ ਮਿਆਨ ਵਿੱਚੋਂ ਤਲਵਾਰ 10 ਲੱਖ ਫੌਜ ਨੂੰ, ਕੱਢ ਕੇ ਪੱਥੇ ਚੋਂ ਤੀਰ 10 ਲੱਖ ਫੌਜ ਦੇ ਨਾਲ ਭਿੜਦਾ ਹੋਇਆ, ਮਿੱਟੀ ਚ ਮਿਲਾਉਂਦਾ ਹੋਇਆ, ਲੱਖਾਂ ਦਾ ਵਜੂਦ ਲੱਖਾਂ ਦਾ ਖੁਰਾ ਖੋਜ ਮਿਟਾਉਂਦਾ ਹੋਇਆ 10 ਲੱਖ ਦੇ ਘੇਰੇ ਨੂੰ ਏਦਾਂ ਤੋੜ ਕੇ ਨਿਕਲਿਆ ਹੈ ਬਾਪੂ ਕਲਗੀਧਰ, ਜਿਵੇਂ ਸ਼ੇਰ ਗਿੱਦੜਾਂ ਦੀ ਡਾਰ ਨੂੰ ਉਡਾ ਕੇ ਨਿਕਲ ਜਾਂਦਾ ਹੈ। ਪਹਿਲਾਂ ਤੇ ਆ ਖਾਨੇ ਚੋਂ ਗੱਲ ਕੱਢ ਦਿਓ ਵੀ ਗੁਰੂ ਤੁਹਾਡੇ ਜਾਂ ਮੇਰੇ ਵਰਗਾ ਆਮ ਹੈ, ਗੁਰੂ ਕੌਣ ਹੈ, ਗੁਰੂ ਕੌਣ ਹੈ? ਗੁਰ ਪਰਮੇਸ਼ਰ ਇੱਕੋ ਜਾਣ, ਓ ਨੀਲੀ ਛੱਤ ਵਾਲਾ ਪਰਮਾਤਮਾ ਹੀ ਸਰਗੁਣ ਸਰੂਪ ਹੋ ਕੇ ਗੁਰੂ ਬਣ ਕੇ ਆਇਆ। ਮੈਂ ਥੋੜੀ ਕਿਹਾ, ਇਹਨੂੰ ਤੇ ਮੰਨਦੇ ਜੇ ਨਾ ਸ਼ਬਦ ਗੁਰੂ ਨੂੰ, ਇਹ ਸ਼ਬਦ ਗੁਰੂ ਨੇ ਆਖਿਆ ਹੈ ਗੁਰ ਪਰਮੇਸ਼ਰ ਇੱਕੋ ਜਾਣ, ਤੇ ਜਿਹੜਾ ਆਖੇ ਗੁਰੂ ਆਮ ਹੈ, ਗੁਰੂ ਆਮ ਹੈ ਸਾਡੇ ਵਰਗਾ, ਗੁਰੂ ਮਾਮੂਲੀ ਹੈ ਸਾਡੇ ਵਰਗਾ, ਚਮਦਾ ਲਿਫਾਫਾ ਹੈ, ਸਮਝ ਲਿਓ ਗੁਰੂ ਦਾ ਸਿੱਖ ਨਹੀਂ ਹੈ, ਕਿਸੇ ਹੋਰ ਦਾ ਜਾਇਆ ਤੇ ਹੋ ਸਕਦਾ ਹੈ। ਗੁਰੂ ਦਾ ਸਿੱਖ ਤੇ ਗੁਰੂ ਦੀ ਗੱਲ ਕਰੇਗਾ ਤੇ ਗੁਰੂ ਕੀ ਆਂਦਾ ਹੈ? ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਤੇ ਪਰਮੇਸ਼ਰ ਵਿੱਚ ਫਰਕ ਨਹੀਂ ਹੈ। ਜੇ ਸਾਡੇ ਵਰਗਾ ਗੁਰੂ ਆਮ ਹੁੰਦਾ, 10 ਲੱਖ ਦੀ ਗੱਲ ਛੱਡ, 10 ਬੰਦੇ ਘੇਰ ਲੈਣ ਤੇ ਆਖਾਂ ਲੰਘ ਕੇ ਵਿਖਾ ਦਵੇ ਕੋਈ, ਸਾਡੇ ਵਰਗਾ ਗੁਰੂ ਆਮ ਹੁੰਦਾ ਤੇ ਤੱਤੀ ਤਵੀ ਤੇ ਛੱਡੋ, ਕਿਤੇ ਕੱਪੜੇ ਪ੍ਰੈਸ ਕਰਦੇ ਆ ਤੱਤੀ ਪ੍ਰੈਸ ਵੀ ਲੱਗ ਜਾਵੇ ਤੇ 5-7 ਹਸਪਤਾਲ ਗਾਹ ਮਾਰੀ ਦੇਵੇ, ਮਰ ਚੱਲੇ ਜੇ ਬਚਾ ਲਓ ਜੇ ਬਚਦਾ ਹੈ ਤੇ। ਜੇ ਸਾਡੇ ਵਰਗਾ ਗੁਰੂ ਆਮ ਹੁੰਦਾ, ਤੱਤੀ ਰੇਤ ਤੇ ਤੁਰਿਆ ਨਹੀਂ ਜਾਂਦਾ, ਜੇ ਠਾੜ ਵਿੱਚ ਸਿਰ ਤੇ ਪਵਾ ਸਕਦਾ ਹੈ। ਜੇ ਸਾਡੇ ਵਰਗਾ ਗੁਰੂ ਆਮ ਹੁੰਦਾ, ਮਾੜਾ ਜਿਹਾ ਕੰਡਾ ਚੁੱਭ ਜਾਵੇ ਤੇ ਜ਼ਾਰੋ ਜ਼ਾਰ ਅੱਖਾਂ ਰੋਂਦੀਆਂ ਨੇ, ਗੁਰੂ ਦੇ 4 ਲਾਲ ਸ਼ਹੀਦ ਹੋ ਗਏ, ਅੱਖ ਚੋਂ ਮੋਤੀ ਨਹੀਂ ਡਿੱਗਾ। ਕੀ ਗੁਰੂ ਆਮ ਹੈ? ਕੀ ਗੁਰੂ ਸਾਡੇ ਵਰਗਾ ਹੈ? ਰੱਬ ਦਾ ਵਾਸਤਾ ਹੀ ਇਹ ਆਪਣੇ ਇੱਥੋਂ ਅਲਪਗ ਬੁੱਧੀ ਵਿੱਚੋਂ ਬਚਨ ਕੱਢਦੇ ਵੀ ਗੁਰੂ ਸਾਡੇ ਵਰਗਾ ਹੈ। ਸਮੁੱਚੀਆਂ ਕਲਾਂ ਧਾਰ ਕੇ ਦੁਨੀਆਂ ਤੇ ਆਇਆ ਹੈ ਗੁਰੂ, ਉਹਦਾ ਨਾਮ ਹੈ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਜੋਤ ਰੂਪ ਹਰ ਆਪ, ਗੁਰੂ ਨਾਨਕ ਕਹਾਇਓ, ਉਹ ਆਪ ਪਰਮਾਤਮਾ ਗੁਰੂ ਬਣ ਕੇ ਆਇਆ ਹੈ। ਹਰੀ ਚੰਦ ਨੇ ਸੁਣਿਆ ਹੈ, ਹੱਦ ਹੋ ਗਈ, ਬੜਾ ਭੋਲਾ ਹੈ, ਦੂਜਾ ਵਾਰ ਕਰਨ ਦਾ ਮੌਕਾ ਦੇ ਦਿੱਤਾ। ਖੇਡਾਂ ਕਰਦਾ ਹੈ ਗੁਰੂ ਨੇ ਤੇ ਮੁਕਾਬਲਾ ਕੋਈ ਨਹੀਂ, ਜੇ ਤੁਹਾਨੂੰ ਦੱਸਦਾ। ਆਖਣ ਲੱਗੇ ਦੁਤੀਐ ਤਾਕ ਕੈ ਤੀਰ ਮੋਕੋ ਚਲਾਇਓ, ਐ ਤੱਕ ਕੇ ਦੂਜਾ ਤੀਰ ਮੇਰੇ ਵੱਲ ਵੇਖ ਕੇ ਪਾਤਸ਼ਾਹ ਕਹਿੰਦੇ ਛੱਡਿਆ, ਦੁਤੀਐ ਤਾਕ ਕੈ ਤੀਰ ਮੋਕੋ ਚਲਾਇਓ, ਰੱਖਿਓ ਦੈਵ ਮੈਂ ਕਾਨ ਸਹਿ ਕੇ ਸਿਧਾਇਓ। ਹੋਇਆ ਕੀ ਹੈ? ਕਹਿੰਦੇ ਦੀਨ ਦੁਨੀਆਂ ਦੇ ਮਾਲਕ ਹੀ ਕਹਿੰਦੇ, ਦੁਤੀਐ ਤੱਕ ਕੈ ਤੀਰ ਮੋਕੋ ਚਲਾਇੰ, ਰੱਖਿਓ ਦੈਵ ਮੈਂ ਕਾਨ ਸ਼ਵੈ ਕੇ ਸਿਧਾਇੰ। ਗੁੱਸੇ ਵਿੱਚ ਆ ਕੇ ਦੂਜਾ ਤੀਰ ਪੱਥੇ ਚੋਂ ਕੱਢ ਕੇ ਕੰਧ ਤੇ ਚਾੜ ਕੇ
ਮੇਰੇ ਮੱਥੇ ਦਾ ਨਿਸ਼ਾਨਾ ਲਾ ਕੇ ਹਰੀ ਚੰਦ ਨੇ ਛੱਡਿਆ। ਗੁਰੂ ਗੋਬਿੰਦ ਸਿੰਘ ਕਹਿੰਦੇ ਕੰਨ ਦੇ ਨਾਲ ਕਹਿ ਕੇ ਲੰਘ ਗਿਆ ਮੇਰੇ। ਅੱਛਾ ਤੁਸੀਂ ਆਖੋਗੇ ਵੀ ਪਾਤਸ਼ਾਹ ਬੜੀ ਫੁਰਤੀ ਨਾਲ ਬਚ ਗਿਆ, ਕਹਿੰਦੇ ਨਹੀਂ, ਨਿਮਰਤਾ ਵੇਖੋ ਗੁਰੂ ਦੀ, ਸਾਡੇ ਪੱਲੇ ਵੀ ਕੱਖ ਨਹੀਂ ਹੈ। ਤੇ ਇਦਾਂ ਹੀ ਲੱਗਦਾ ਹੈ ਵੀ ਜਿੱਦਾਂ ਸਾਰਾ ਪੰਥ ਮੈਂ ਹੀ ਮੋਢਿਆਂ ਤੇ ਚੁੱਕਿਆ ਆਉਂਦਾ, ਜਿਹਨੂੰ ਪੁੱਛ ਲਓ ਕਹਿੰਦਾ ਮੇਰੇ ਬਿਨਾਂ ਪੰਥ ਜੀਰੋ ਆ, ਪੱਲੇ ਵੀ ਕੱਖ ਨਹੀਂ ਜੇ ਸਾਡੇ। ਵੀ ਮੈਂ ਨਾ ਪ੍ਰਚਾਰ ਕਰਾਂ ਤੇ ਅੰਮ੍ਰਿਤ ਕੋਈ ਨਾ ਛਕੇ, ਮੈਂ ਨਾ ਪ੍ਰਚਾਰ ਕਰਾਂ ਤੇ ਸਿੱਖੀ ਨਾ ਰਵੇ, ਮੈਂ ਸਿੱਖੀ ਦਾ ਆਗੂ ਨਾ ਹੋਵਾਂ ਤੇ ਆਜ਼ਾਦੀ ਨਾ ਮਾਉਂਦੇ, ਬਸ ਮੈਂ ਹੀ ਰਹਿ ਗਈ ਹੈ ਤੇ ਵਿੱਚ ਪੱਲੇ ਕੱਖ ਨਹੀਂ ਜੇ ਸਾਡੇ। ਕੁੱਲ ਕਾਇਨਾਤ ਦਾ ਮਾਲਕ ਹੈ ਸਿੱਖਾਂ ਆਖਿਆ ਜੀ ਬਚ ਗਏ, ਬੜੀ ਬੜੀ ਫੁਰਤੀ ਵਿਖਾਈ ਪਾਤਸ਼ਾਹ, ਕਹਿੰਦੇ ਨਹੀਂ, ਕਹਿੰਦੇ ਮੈਂ ਆਪ ਨਹੀਂ ਬਚਿਆ, ਕਹਿੰਦੇ ਮੈਂ ਆਪ ਨਹੀਂ ਬਚਿਆ, ਬਚਿਆ ਕਿਵੇਂ ਆ, ਰੱਖਿਓ ਦੈਵ ਮੈਂ ਕਾਨ ਸ਼ਵੈ ਕੇ ਸਿਧਾਇੰਗ, ਮੈਨੂੰ ਤੇ ਮੇਰੇ ਅਕਾਲ ਪੁਰਖ ਨੇ ਰੱਖਿਆ ਦਿੱਤੀ ਹੈ, ਮੈਨੂੰ ਉਸਨੇ ਬਚਾਇਆ ਹੈ। ਇਹ ਹੈ ਨਿਮਰਤਾ, ਜੇ ਤੇਰੇ ਵਿੱਚ ਆ ਗਈ ਤੇ ਸਮਝ ਲਈ ਦੁਨੀਆ ਜਿੱਤ ਲਈ, ਆਉਂਦੀ ਨਹੀਂ ਹੈ। ਸਾਡੇ ਅਰਗੇ ਨੇ ਕਿਤੇ ਇੰਨੀ ਚੰਚਲਤਾ ਹੀ ਵਿਖਾਈ ਹੋਵੇ, ਦੋ ਚਾਰ ਦੁਸ਼ਮਣ ਦੇ ਵਾਰਾਂ ਤੋਂ ਬਚਿਆ ਹੋਵੇ ਤੇ ਐਵੇਂ ਡੌਲਿਆਂ ਤੇ ਤੇਲ ਮਲੀ ਜਾਣਾ ਸੀ ਵੀ ਬੱਲੇ ਬੱਲੇ ਬੱਲੇ, ਸਾਡੇ ਵਰਗਾ ਸੂਰਮਾ ਕਿਹੜਾ ਹੈ, ਤੂੰ ਸਮਝਦਾ ਨਹੀਂ ਹੈ। ਮੈਂ ਕਰਨੀ ਛੱਡ ਦੇ, ਜਿਸ ਦਿਨ ਖੁਦਾ ਵਿਪਰੀਤ ਚੱਲ ਪਵੇ, ਨਾਨਕ ਕੀਟੀ ਸਾਂਸ ਅਕਰਖ ਤੇ ਕੀੜੀ ਹੱਥੋਂ ਵੀ ਮਰਵਾ ਲੈਂਦਾ ਹੈ ਉਹ। ਇਹ ਚੰਗੇ ਨੇ ਦਿਨ ਜੇ ਜਿਉਂਦਾ ਹੈ, ਉਹਦੇ ਗੁਣ ਗਾਇਆ ਕਰ। ਇੱਥੇ ਮੈਂ ਕਰਨੀ ਛੱਡ ਦੇ, ਬੜੇ ਮੈਂ ਕਰਨ ਵਾਲੇ ਮਿੱਟੀ ਦਾ ਢੇਰ ਕਰ ਦਿੱਤੇ ਉਸਨੇ। ਦੂਜਾ ਵਾਰ ਖਾਲੀ ਗਿਆ, ਜਦੋਂ ਦੁਨੀਆਂ ਦੇ ਇਤਿਹਾਸਕਾਰ ਆ ਭੰਗਾਣੀ ਦੇ ਯੁੱਧ ਦਾ ਇਤਿਹਾਸ ਪੜ੍ਹਦੇ ਨੇ ਦੰਗ ਰਹਿ ਜਾਂਦੇ ਨੇ। ਕਿਉਂ ਜੀ? ਕਹਿੰਦੇ ਪਹਿਲੀ ਗੱਲ ਤੇ ਦੁਸ਼ਮਣ ਨੂੰ ਪਹਿਲਾ ਵਾਰ ਨਹੀਂ ਕਰਨ ਦਾ ਕੋਈ ਮੌਕਾ ਦਿੰਦਾ, ਗੁਰੂ ਨੇ ਦੇ ਦਿੱਤਾ। ਫਿਰ ਖੁਸ਼ ਹੋਈਦਾ ਵੀ ਇਹਦਾ ਵਾਰ ਖਾਲੀ ਗਿਆ, ਹੁਣ ਮੈਂ ਢਾ ਲੈਣਾ ਇਸ ਨੂੰ, ਕੋਈ ਗੱਲ ਨਹੀਂ ਹੈ। ਦੂਜਾ ਵਾਰ ਕਰਨ ਦਾ ਵੀ ਮੌਕਾ ਦੇ ਦਿੱਤਾ। ਇੱਥੇ ਹੀ ਗੱਲ ਨਹੀਂ ਮੁੱਕੀ, ਹਰੀ ਚੰਦ ਦਾ ਮੂੰਹ ਨਿਮੋ ਜਣਾ ਹੋ ਗਿਆ, ਰੰਗ ਉੱਡ ਗਿਆ, ਜ਼ੁਬਾਨ ਸੁੱਕ ਗਈ, ਛਿਪੜੀਆਂ ਜੰਮ ਗਈਆਂ ਬੁੱਲਾਂ ਉੱਤੇ, ਕਿਉਂਕਿ ਜਾਣਦਾ ਹੈ ਹੁਣ ਮੌਤ ਸਾਹਮਣੇ ਖਲੋਤੀ ਹੈ। ਕਹਿੰਦਾ ਗੁਰੂ ਜੀ ਵਾਰ ਕਰੋ, ਤੁਹਾਡੀ ਵਾਰੀ ਹੈ। ਤੇ ਕੁੱਲ ਕਾਇਨਾਤ ਦਾ ਮਾਲਕ ਗੁਰੂ ਗੋਬਿੰਦ ਸਿੰਘ ਕਹਿੰਦਾ ਘਬਰਾ ਨਾ ਹਰੀ ਚੰਦਾ, ਫਕੀਰ ਨੂੰ ਹਜੇ ਵੀ ਰੋਸ ਨਹੀਂ ਆਇਆ। ਘਬਰਾ ਨਾ ਹਰੀ ਚੰਦਾ, ਫਕੀਰ ਹਜੇ ਵੀ ਸ਼ਾਂਤੀ ਵਿੱਚ ਹੈ, ਫਕੀਰ ਹਜੇ ਵੀ ਫਕੀਰੀ ਵਿੱਚ ਹੈ। ਸੰਤ ਛੇਤੀ ਗਰਮ ਨਹੀਂ ਹੁੰਦਾ, ਗਰਮ ਹੁੰਦਾ ਹੈ, ਤੱਤੀ ਤਵੀ ਤੇ ਬਹਿ ਗਿਆ ਗਰਮ ਹੁੰਦਾ ਹੈ, ਛੇਤੀ ਗਰਮ ਨਹੀਂ ਹੁੰਦਾ। ਤੇ ਜਦੋਂ ਛੇਵੇਂ ਜਾਮੇ ਵਿੱਚ ਗਰਮ ਹੋ ਗਿਆ, ਫਿਰ ਚਾਰ ਜੰਗਾਂ ਵਿੱਚ ਲੱਖਾਂ ਸ਼ਾਹਜਹਾਨ ਦੀਆਂ ਫੌਜਾਂ ਤੋਂ ਗੁਰੂ ਹਰਗੋਬਿੰਦ ਠੰਡਾ ਨਹੀਂ ਹੁੰਦਾ, ਅਵਲ ਤੇ ਗਰਮੀ ਚਾਹੁੰਦਾ ਨਹੀਂ, ਸਾਧ ਜੇ ਆ ਜਾਵੇ ਤੇ ਫਿਰ ਪੱਲੇ ਕੱਖ ਨਹੀਂ ਛੱਡਦਾ, ਹਜੇ ਵੀ ਫਕੀਰ ਠੰਡਾ ਹੈ। ਢਿੱਲਾ ਨਾ ਪੈ, ਇੱਕ ਹੋਰ ਵਾਰ ਕਰ ਲੈ ਤੇ ਤੈਨੂੰ ਨਾਲ ਦੱਸ ਦਵਾਂ, ਇਹ ਅਖੀਰਲਾ ਵਾਰ ਹੋਵੇਗਾ। ਜੇ ਇਹ ਖਾਲੀ ਚਲਿਆ ਗਿਆ ਤੇ ਮਾਂ ਗੁਜਰੀ ਦੇ ਦੁਲਾਰੇ ਦੀ ਵਾਰੀ ਹੈ, ਜਿਹੜਾ ਤੀਰ ਕਦੇ ਖਾਲੀ ਨਹੀਂ ਹੋ ਜਾਂਦਾ। ਇੱਕ ਵਾਰ ਤੂੰ ਹੋਰ ਕਰ ਲੈ। ਜਦੋਂ ਦੁਨੀਆਂ ਦੇ ਇਤਿਹਾਸਕਾਰ ਇਹ ਪੜ੍ਹਦੇ ਨੇ ਵੀ ਏਡਾ ਫਕੀਰ ਵੀ ਕੋਈ ਹੋਇਆ ਹੈ, ਏਡਾ ਠੰਡਾ, ਏਡਾ ਦਿਆਲੂ ਕਿਰਪਾਲੂ ਵੀ ਕੋਈ ਹੋਇਆ ਹੈ ਵੀ ਦੁਸ਼ਮਣ ਨੂੰ ਆਖੇ ਇੱਕ ਵਾਰ ਕਰ, ਦੋ ਵਾਰ ਕਰ ਤੇ ਤੀਜਾ ਵਾਰ ਕਰ? ਕਹਿੰਦੇ ਨਹੀਂ, ਗੁਰੂ ਗੋਬਿੰਦ ਸਿੰਘ ਦਾ ਰੁਤਬਾ ਹੀ ਦਿਗਰ ਹੈ। ਗੁਰੂ ਗੋਬਿੰਦ ਸਿੰਘ ਵਰਗਾ ਫਕੀਰ ਕੀ, ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਪੀਰ ਕੀ, ਬਾਦਸ਼ਾਹ ਕੀ, ਦਰਵੇਸ਼ ਕੀ, ਦੁਨੀਆਂ ਤੇ ਕੋਈ ਨਾ ਹੋਇਆ ਤੇ ਨਾ ਹੋਵੇਗਾ ਹੀ। ਤੀਸਰਾ ਵਾਰ ਹਰੀ ਚੰਦਾ ਕਰ ਲੈ, ਕਿਤੇ ਕੋਈ ਦਿਲ ਦਾ ਵਲਵਲਾ ਸੁਪਨਾ ਦਿਲ ਚ ਹੀ ਨਾ ਰਹਿ ਜਾਵੇ ਵੀ ਕਿਤੇ ਤੀਜਾ ਵਾਰ ਕਰਨ ਦਾ ਗੁਰੂ ਮੌਕਾ ਦਿੰਦਾ ਤੇ ਮੈਂ ਢਾ ਲੈਣਾ ਸੀ, ਮੈਂ ਢਾ ਲੈਣਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇ
ਹਰੀ ਚੰਦ ਨੇ ਖੁਸ਼ੀ ਵਿੱਚ ਆ ਕੇ ਤੀਰ ਕੱਢਿਆ ਵੀ ਇੰਨੀ ਵਾਰ ਤੇ ਮੈਂ ਵੀ ਨਹੀਂ ਚੁੱਕਦਾ। ਪਹਿਲੀ ਗੱਲ ਤੇ ਤੀਰ ਕਦੇ ਖਾਲੀ ਨਹੀਂ ਸੀ ਗਿਆ, ਅੱਜ ਦੋ ਵਾਰ ਖਾਲੀ ਗਏ ਨੇ, ਤੀਜੇ 'ਚ ਢਾ ਲਵਾਂਗਾ। ਇਹ ਸਭ ਤੋਂ ਵੱਡੀ ਗਲਤੀ ਹੋਵੇਗੀ ਗੋਬਿੰਦ ਰਾਏ ਲਈ। ਮੂਰਖ ਬੰਦਾ ਸਮਝਦਾ ਨਹੀਂ ਹੈ ਵੀ ਰੱਬ ਗਲਤੀਆਂ ਨਹੀਂ ਕਰਦਾ, ਗਲਤੀਆਂ ਬੰਦੇ ਤੋਂ ਹੁੰਦੀਆਂ ਨੇ, ਰੱਬ ਤੇ ਮੌਕੇ ਦਿੰਦਾ ਹੈ। ਫਕੀਰ ਹੈ ਨਾ, ਸੋਚਦੇ ਸਨ ਵੀ ਕੀ ਲੈਣਾ ਹੈ ਝਗੜ ਕੇ, ਹਿੰਦੂ ਲੋਕ ਨੇ ਇਹਨਾਂ ਦੇ ਸੰਗਲ ਲਾਉਣ ਲਈ, ਸੰਗਲ ਲਾਉਣ ਲਈ ਤੇ ਮੇਰੇ ਬਾਪੂ ਨੇ ਤਿਲਕ ਜੰਝੂ ਰਾਖਾ ਪ੍ਰਭਤਾਂ ਕਾ ਕੁਰਬਾਨੀ ਦਿੱਤੀ ਹੈ ਤੇ ਇਹ ਅਕ੍ਰਿਤ ਘਣਤਾ ਤੇ ਉੱਤਰ ਆਏ ਨੇ, ਇਹਨਾਂ ਦੇ ਤੇ ਸੰਗਲ ਲਾਉਣੇ ਨੇ। 700 ਸਾਲ ਪੁਰਾਣੇ ਇਨਸਾਨੀਅਤ ਨੂੰ ਯਾਦ ਕਰਾਉਣਾ ਹੈ ਕੀ ਰੱਖਿਆ ਹੈ ਲੜਾਈ ਝਗੜੇ ਵਿੱਚ, ਲੜਨਾ ਆਇਆ ਤੇ ਮੁਗਲਾਂ ਨਾਲ ਝਗੜਾਂਗੇ, ਮੁਗਲਾਂ ਕੋਲੋਂ ਆਜ਼ਾਦੀ ਦਿਵਾਉਣੀ ਹੈ ਭਾਰਤ ਵਰਸ਼ ਨੂੰ, ਇਨਸਾਨੀਅਤ ਨੂੰ, ਪਰ ਨਹੀਂ ਸਮਝਿਆ। ਉਹ ਆਉਂਦੇ ਹੁੰਦੇ ਨਾ ਵੀ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ, ਕਹਿੰਦੇ ਪੱਥੇ ਚੋਂ ਕੱਢ ਕੇ ਤੀਰ ਤੇ ਮੇਰੇ ਛਾਤੀ ਦਾ ਨਿਸ਼ਾਨਾ ਲੈ ਕੇ ਛੱਡ ਦਿੱਤਾ। ਤ੍ਰਿਤੀਏ ਬਾਣ ਮਾਰਿਓ ਸੋ ਪੇਟੀ ਮਝਾਰੰ ਵਿਦਿਅੰ ਚਿਲਤ ਕੰਗ ਦੁਆਲ ਪਾਰੰ ਪਧਾਰੰ। ਤੀਜਾ ਵਾਰ ਮੇਰੇ ਤੇ ਕੀਤਾ ਹੈ ਪੇਟੀ ਕਮਰ ਕੱਸਾ, ਨਿਹੰਗ ਸਿੰਘ ਲਾਉਂਦੇ ਨਾ ਕਮਰ ਕੱਸਾ, ਜਦੋਂ ਜੰਗ ਵਿੱਚ ਜਾਣਾ ਹੋਵੇ ਬੜੇ ਬੜੇ ਦਮਾਲੇ ਚੱਕਰ ਕਮਰ ਕੱਸੇ ਲਾਏ ਜਾਂਦੇ ਨੇ, ਕਿਉਂ ਸ਼ਸਤਰ ਤੰਗੇ ਜਾ ਸਕਦੇ ਨੇ, ਚੱਕਰ ਤੇ ਸਿਰ ਤੇ ਵਾਰ ਨਹੀਂ ਹੁੰਦਾ, ਜਿਹੜੇ ਚੱਕਰ ਪਹਿਨਦੇ ਨੇ ਨਿਹੰਗ ਸਿੰਘ। ਫਰਲਾ ਪਤਾ ਕਿਉਂ ਕੱਢਦੇ ਨੇ ਨਿਹੰਗ ਸਿੰਘ, ਕਿਉਂਕਿ ਮੈਦਾਨੇ ਜੰਗ ਵਿੱਚ ਜਿਹੜਾ ਨਿਸ਼ਾਨ ਹੁੰਦਾ ਸੀ ਨਾ ਨਿਸ਼ਾਨ ਸਾਹਿਬ ਹੱਥ ਵਿੱਚ ਹੋਣਾ, ਇਸ ਤਰ੍ਹਾਂ ਵੀ ਜਿਹਨੇ ਨਿਸ਼ਾਨ ਸਾਹਿਬ ਫੜਿਆ ਹੋਣਾ ਉਹ ਕਈ ਵਾਰ ਜੰਗ ਨਹੀਂ ਸੀ ਕਰ ਪਾਉਂਦਾ। ਉਹ ਨਿਹੰਗਾਂ ਸਿੰਘਾਂ ਫਿਰ ਫਰਲੇ ਹੀ ਕੱਢ ਲਏ ਵੀ ਇਹਨਾਂ ਦੇ ਸਦਾ ਹੀ ਨਿਸ਼ਾਨ ਝੂਲਦੇ ਨੇ ਤੇ ਹੱਥਾਂ ਨਾਲ ਜੰਗ ਹੀ ਲੜਾਂਗੇ। ਹੁਣ ਇਹਨਾਂ ਦੀ ਰਣਨੀਤੀ ਵੱਖਰੀ ਰਹੀ ਹੈ, ਕੁੱਲ ਕਾਇਨਾਤ ਅੰਦਰ ਐਵੇਂ ਥੋੜਾ 40 ਨੇ 10 ਲੱਖ ਦੇ ਦੰਦ ਖੱਟੇ ਕਰ ਦਿੱਤੇ, ਅੱਧੀ ਕੁ ਫੌਜ ਤੇ ਇਹਨਾਂ ਦੇ ਜਕਾਰੇ ਸੁਣ ਕੇ ਹੀ ਭੱਜ ਜਾਂਦੀ ਸੀ, ਐਡੇ ਚੜ੍ਹਦੀ ਕਲਾ ਦੇ ਜਕਾਰੇ ਛੱਡਦੇ ਸਨ। ਐਵੇਂ 14 ਜੰਗਾਂ ਨਹੀਂ ਕਲਗੀ ਧਰ ਨੇ ਜਿੱਤੀਆਂ, ਇਹ ਕੋਈ ਮਾਮੂਲੀ ਫੌਜ ਨਹੀਂ ਸੀ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਤੇ ਅਕਾਲ ਪੁਰਖ ਦੀ ਫੌਜ ਸੀ, ਸਰਬਰੇ ਅਕਾਲ ਸੀ ਇਹ। ਤ੍ਰਿਤੀਏ ਬਾਣ ਮਾਰਿਓ ਸੋ ਪੇਟੀ ਮਝਾਰੰ, ਕਮਰ ਕੱਸੇ ਵਿੱਚ ਤੀਰ ਵੱਜਾ, ਛਾਤੀ ਦਾ ਨਿਸ਼ਾਨਾ ਸੀ, ਵੱਜਾ ਕਮਰ ਕੱਸੇ ਵਿੱਚ। ਮਹਾਰਾਜ ਕੋਈ ਨੁਕਸਾਨ ਹੋਇਆ ਹੋਵੇ, ਬੜਾ ਵੱਡਾ ਸੂਰਮਾ ਹੈ, ਖੁਦ ਖੁਦਾ ਦੇ ਸਾਹਮਣੇ ਜੰਗ ਲੜਦਾ ਹਰੀ ਚੰਦ, ਵਾਰ ਕਰ ਗਿਆ ਗੁਰੂ ਤੇ ਗੁਰੂ ਪਾਤਸ਼ਾਹ ਵੀ ਥੋੜ੍ਹਾ ਜਿਹਾ ਇਸ ਯੁੱਧ ਨੂੰ ਇੰਟਰਸਟਿੰਗ ਬਣਾ ਰਹੇ ਨੇ ਵੀ ਜੇ ਹਲੇ ਨਾ ਹੀ ਹਰੀ ਚੰਦ ਢਾ ਲਿਆ ਤੇ ਫਿਰ ਆਨੰਦ ਜਿਹਾ ਨਹੀਂ ਆਉਣਾ ਜੰਗ ਲੜਨ ਦਾ, ਖੇਡੇ ਮਹੱਲੇ ਕਰਦੇ ਨੇ। ਕਹਿੰਦੇ ਮੇਰੀ ਪੇਟੀ ਵਿੱਚ ਲੱਗਾ ਵਿਦਿਅੰ ਚਿਲਤ ਕੰਗ ਦੁਆਲ ਪਾਰੰ ਪਧਾਰੰ, ਕਮਰ ਕੱਸੇ ਨੂੰ ਚੀਰ ਕੇ, ਉਹ ਮਖਮਲੀ ਕਮਰ ਕੱਸਾ ਚੀਰ ਕੇ, ਥੱਲੇ ਚਮੜੇ ਦੀ ਪੇਟੀ ਸੀ ਜਿਹਦੇ 'ਚ ਸ਼ਸਤਰ ਟੰਗੇ, ਕਟਾਰਾਂ ਟੰਗੀਆਂ, ਉਹਦੇ 'ਚ ਜਾ ਕੇ ਵੱਜਾ ਹੈ। ਮਹਾਰਾਜ ਫਿਰ ਹੋਇਆ ਕੀ ਹੈ ਦੱਸੋ। ਗੁਰੂ ਗੋਬਿੰਦ ਸਿੰਘ ਕਹਿੰਦੇ ਚੁਬੀ ਚਿੰਚ ਚਰਮੰ ਕਛੂ ਘਾਏ ਨਾ ਆਯੰ ਕਲੰ ਕੇਵ ਲੰਘ ਜਾਨ ਦਾਸੰ ਬਚਾਇੰ। ਚੁਬੀ ਚਿੰਚ ਚਰਮੰ ਚਰਮ ਚੰਮ, ਉਹ ਤੀਰ ਦੀ ਥੋੜੀ ਜਿਹੀ ਚੁੰਝ ਜਾ ਕੇ ਚੰਮ ਨੂੰ ਖੁੱਭ ਗਈ। ਮਹਾਰਾਜ ਕੋਈ ਗਹਿਰਾ ਜ਼ਖਮ, ਕਹਿੰਦੇ ਨਹੀਂ ਚੁਭੀ ਚਿੰਚ ਚਰਮੰ ਕਸ਼ੂ ਘਾਏ ਨਾ ਆਯੰ ਕਲੰ ਕੇਵ ਲੰ ਜਾਨ ਦਾਸੰ ਬਚਾਇੰ। ਕੁੱਲ ਕਾਇਨਾਤ ਦਾ ਮਾਲਕ ਕਹਿੰਦਾ ਮਾੜੀ ਜੀ ਚੁੰਝ ਖੁਭੀ ਹੈ, ਕੋਈ ਜ਼ਖਮ ਨਹੀਂ ਹੋਇਆ। ਤੇ ਸਿੰਘ ਆਖਣ ਲੱਗੇ ਮਹਾਰਾਜ ਫੌਲਾਦ ਨੂੰ ਕਿਤੇ ਤੀਰ ਚੀਰ ਸਕਦੇ ਨੇ, ਖੁਦ ਖੁਦਾ ਨੂੰ ਭਲਾ ਕੋਈ ਮਾਰਨ ਵਾਲਾ ਦੁਨੀਆਂ ਤੇ ਪੈਦਾ ਹੋਇਆ? ਇਹ ਅਵਤਾਰੀ ਲੋਕ ਮਰਜ਼ੀ ਨਾਲ ਆਉਂਦੇ ਨੇ, ਆਪ ਮੁਕਤ ਮੁਕਤ ਕਰੇ ਸੰਸਾਰ, ਜਨਮ ਮਰਨ ਦੁਹੂ ਮੈਂ ਨਾਹੀ, ਮਰਜ਼ੀ ਨਾਲ ਆਉਂਦੇ ਨੇ ਤੇ ਜਦੋਂ ਦੇਵਨੇਤ ਨਾਲ ਜਾਣ ਨੂੰ ਚਿੱਤ ਕਰੇ ਤੇ ਬਹਾਨਾ ਬਣਾ ਕੇ ਚਲੇ ਜਾਂਦੇ ਨੇ।
ਜਿਹਨੂੰ 14 ਜੰਗਾਂ 'ਚ ਕਟਾਰ ਨਹੀਂ ਕੱਟ ਸਕੀ, ਉਹਨੂੰ ਦੋ ਮੁਸਲਮਾਨ ਵੀਰਾਂ ਨੇ ਦੱਸੋ ਤੰਬੂ 'ਚ ਕੀ ਕੱਟ ਲੈਣਾ ਸੀ? ਉਹ ਤੇ ਆਪ ਖੇਡ ਬਣਾਈ ਹੈ ਗੁਰੂ ਨੇ, ਕਿਉਂਕਿ 42 ਸਾਲ ਦੀ ਉਮਰ ਦੇਵਨੇਤ ਵਿੱਚ ਉਹਨੇ ਆਪ ਲਿਖੀ ਹੈ, ਦਿਲ ਕੀਤਾ ਤੇ ਚਲੇ ਗਏ। ਜੇ ਉਹਨੂੰ ਮਾਰਨ ਵਾਲਾ ਕੋਈ ਖੰਜਰ ਬਣਿਆ ਸੀ ਤੇ 14 ਜੰਗਾਂ ਵਿੱਚ ਕੋਈ ਮਾਂ ਨੇ ਲਾਲ ਨਾ ਪੈਦਾ ਕੀਤਾ ਜਿਹੜਾ ਉਹਦੀ ਵਿਖੀ ਵਿੱਚ ਖੰਜਰ ਮਾਰ ਲੈਂਦਾ। ਕੁੱਲ ਕਾਇਨਾਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਕਹਿੰਦੇ ਵੀ ਥੋੜਾ ਜਿਹਾ ਤੀਰ ਗਿਆ ਖੁਬ, ਮਹਾਰਾਜ ਬਚ ਗਏ। ਬੜੀ ਤਾਕਤ ਹੈ ਤੁਹਾਡੇ ਵਿੱਚ, ਕਹਿੰਦੇ ਨਹੀਂ ਆਪ ਨਹੀਂ ਬਚਿਆ ਮੈਂ। ਕਲੰਗ, ਨਿਮਰਤਾ ਵੇਖੋ, ਕਲੰਗ ਕੇਵਲੰ ਜਾਨ ਦਾਸੰਗ ਬਚਾਏਂ, ਯਾਦ ਰੱਖੀ ਜਿਹੜਾ ਜਿੰਨਾ ਨੀਵਾਂ ਹੈ ਆਪਸ ਕਹੋ ਜੋ ਜਾਣੈ, ਨੀਚਾ ਸੋਉ ਗਨੀਐ ਸਭ ਤੇ ਉੱਚਾ। ਜਿਹੜਾ ਬਹੁਤੀ ਮੈਂ ਕਰੇ ਪੱਲੇ ਕੱਖ ਨਹੀਂ ਉਹਦੇ, ਤੇ ਜਿਹੜਾ ਤੂੰ ਤੂੰ ਕਰੇ ਉਹਦੀ ਜੈ ਜੈਕਾਰ ਹੈ। ਅੱਛਾ ਮਹਾਰਾਜ ਫਿਰ ਕੀ ਹੋਇਆ? ਕਹਿੰਦੇ ਆਖਿਆ ਸੀ ਹਰੀ ਚੰਦਾ 3 ਵਾਰ ਹੋ ਗਏ ਨੇ। ਹਰੀ ਚੰਦ ਕਹਿੰਦਾ ਪਾਤਸ਼ਾਹ ਤੁਹਾਡੀ ਵਾਰੀ ਹੈ। ਹਰੀ ਚੰਦਾ ਅਵਲ ਤੇ ਸਮੁੰਦਰ ਉਛਲਦਾ ਨਹੀਂ, ਤੇ ਜਦੋਂ ਉਛਲਦਾ ਹੈ ਤੇ ਫਿਰ ਸਭ ਕੁਝ ਰੋੜ ਕੇ ਲੈ ਜਾਂਦਾ ਹੈ। ਹੁਣ ਸਮੁੰਦਰ ਉਛਲਣ ਲੱਗਾ ਹੈ, ਹਰੀ ਚੰਦਾ ਉਹ ਵਲੈਤੀ ਜੀ ਢਾਲ ਅੱਗੇ ਕਰ ਲੈ, ਜਿਹੜੀ ਢਾਲ ਨੂੰ ਕਦੇ ਤੀਰ ਚੀਰ ਨਹੀਂ ਸੀ ਸਕਿਆ। ਉਹ 80,000 ਫੌਜਾਂ ਦਾ ਇਕੱਠ ਕਤਾਰਾਂ ਬਣਾ ਕੇ ਸਾਹਮਣੇ ਕਰ ਲੈ, ਅੱਜ ਮਾਂ ਗੁਜਰੀ ਦੇ ਦੁਲਾਰੇ ਦੀ ਤੀਰ ਦੀ ਧਾਰ ਤੋਂ ਤੈਨੂੰ ਵੇਖਾਂਗਾ ਰੱਖਦਾ ਕੌਣ ਹੈ। ਆਪਣੇ ਇਸ਼ਟ ਨੂੰ ਸ਼ਿਵ ਬ੍ਰਹਮ ਮਹੇਸ਼ ਜੋ ਵੀ ਤੇਰਾ ਇਸ਼ਟ ਹੈ ਉਹਨੂੰ ਯਾਦ ਕਰ ਲੈ, ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਤੀਰ ਦੀ ਧਾਰ ਤੋਂ ਤੈਨੂੰ ਅੱਜ ਕੋਈ ਬਚਾਵੇਗਾ ਨਹੀਂ। ਆਪਣੇ ਕਾਲ ਨੂੰ ਯਾਦ ਕਰ ਲੈ ਹੁਣ ਤੂੰ। ਬਲਾ ਚਾਰਗੀ ਦਰਮਿਆ ਆਮ ਦਮ ਬਾ ਤਦਬੀਰ ਤੀਰੋ ਤੂੰ ਫੰਗ ਆਮ ਦਮ। ਹੁਣ ਲਾਚਾਰ ਹੋ ਕੇ ਤੀਰ ਕੱਢਿਆ ਹੈ। ਮੈਂ ਚਾਹੁੰਦਾ ਸੀ ਝਗੜਾ ਨਾ ਹੋਵੇ, ਮੈਂ 3 ਵਾਰ ਕਰਨ ਦਾ ਮੌਕਾ ਦਿੱਤਾ, ਇਹ ਸੰਭਲ ਜਾਵੇ ਵੀ ਕੀ ਹੈ ਝਗੜੇ ਵਿੱਚ, ਇਹ ਟਲਿਆ ਨਹੀਂ ਹੈ। ਚੁੰਕਾਰ ਹਮਾਹੀਲ ਤੇ ਦਰ ਗੁਜਸ਼ਤ ਹੋਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਸਾਰੇ ਹੀਲੇ ਰਾਜੀ ਨਵੇਂ ਦੇ ਫੇਲ ਹੋ ਜਾਣ ਤੇ ਫਿਰ ਤਲਵਾਰ ਦੇ ਮੁੱਠੇ ਤੇ ਹੱਥ ਰੱਖਣਾ ਪੈਂਦਾ ਹੈ। ਗੁਰੂ ਗੋਬਿੰਦ ਸਿੰਘ ਨੇ ਤੀਰ ਕੱਢਿਆ ਪੱਥੇ ਚੋਂ, ਕਹਿੰਦੇ ਹਰੀ ਚੰਦਾ ਫਕੀਰ ਗੁੱਸੇ ਚ ਆ ਗਿਆ ਈ, ਫਕੀਰ ਵੀਰ ਰਸ ਵਿੱਚ ਆ ਗਿਆ ਈ, ਖੁਦਾ ਦਾ ਵਾਸਤਾ ਹੈ ਲੱਖ ਵਾਸਤੇ ਭਾਵੇਂ ਜਦੋਂ ਫਕੀਰ ਤੱਤਾ ਹੋ ਜਾਵੇ ਠੰਡਾ ਨਹੀਂ ਹੁੰਦਾ, ਹੁਣ ਇਹ ਤੀਰ ਰੁਕੇਗਾ ਨਹੀਂ। ਲੱਖ ਤੂੰ ਵਾਸਤੇ ਪਾ, ਲੱਖ ਤੂੰ ਤਰਲੇ ਕੱਢ, ਤੈਨੂੰ ਵਾਰ ਕਰਨਾ ਆਇਆ ਹੀ ਨਹੀਂ, ਤੈਨੂੰ ਵਾਰ ਕਰਨਾ ਅੱਜ ਮਾਂ ਗੁਜਰੀ ਦਾ ਦੁਲਾਰਾ ਸਿਖਾਵੇਗਾ। ਆ ਭਰ ਜਵਾਨੀ ਦੀ ਉਮਰ ਕੱਢ ਕੇ ਪੱਥੇ ਚੋਂ ਖਪਰਾ ਤੀਰ, ਕੁੱਲ ਕਾਇਨਾਤ ਦਾ ਮਾਲਕ ਗਰਜ ਕੇ ਆਖਣ ਲੱਗਾ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰੰਗ ਲੈ ਕਮਾਣੰ ਹਨੰਗ ਬਾਣ ਤਾਨੰਗ, ਹਰੀ ਚੰਦ ਮਾਰੇ ਸੋ ਜੋਧਾ ਲਤਾਰੇ। ਆਪਣੇ ਆਪ ਨੂੰ ਸੂਰਬੀਰ ਕਹਿਣ ਵਾਲਾ ਹਰੀ ਚੰਦ ਸਾਰੇ ਸਰੀਰ ਤੇ ਸੰਜੋ ਪਹਿਨ ਕੇ, ਲੋਹਾ ਪਹਿਨ ਕੇ, ਹੱਥ ਵਿੱਚ ਵਲੈਤੀ ਢਾਲ ਲੈ ਕੇ ਆਪਣੇ ਸ਼ਿਵਜੀ ਨੂੰ ਯਾਦ ਕਰਕੇ ਆਖਣ ਲੱਗਾ, ਇਹਦਾ ਭਲਾ ਐਡਾ ਕੁ ਤੀਰ, ਇਹ ਲੋਹੇ ਦੀ ਸਨਾਹ ਨੂੰ ਚੀਰ ਕੇ, ਇਸ ਵਲੈਤੀ ਢਾਲ ਨੂੰ ਚੀਰ ਕੇ ਭਲਾ ਮੈਨੂੰ ਕੀ ਚੀਰੇਗਾ? ਇਹ ਮੂਰਖ ਨੂੰ ਸਮਝ ਨਹੀਂ ਹੈ, ਜਦੋਂ ਕਾਲ ਚੜ ਕੇ ਆਵੇ ਨਾ, ਜਿਨ ਕੀ ਚੀਰੀ ਦਰਗਹ ਪਾਟੀ ਤਿੰਨਾ ਮਰਨਾ। ਜਦੋਂ ਕਾਲ ਆਪਣੇ ਦਰ ਤੋਂ ਚਿੱਠੀ ਪਾੜ ਦੇਵੇ, ਖੁਦ ਖੁਦਾ ਕਾਲ ਦਾ ਅਵਤਾਰ ਗੁਰੂ ਗੋਬਿੰਦ ਸਿੰਘ ਮੌਤ ਬਣ ਕੇ ਸਾਹਮਣੇ ਖਲੋ ਜਾਵੇ, ਤੇ ਫਿਰ ਢਾਲਾਂ ਢੂਲਾਂ ਨਹੀਂ ਜੇ ਬਚਾ ਸਕਦੀਆਂ। ਕੱਢ ਕੇ ਪੱਥੇ ਚੋਂ ਖਪਰਾ ਤੀਰ, ਆਪਣੇ ਆਪ ਨੂੰ ਸੂਰਮਾ ਅਖਵਾਉਣ ਵਾਲੇ ਹਰੀ ਚੰਦ ਦੀ ਛਾਤੀ ਦਾ ਨਿਸ਼ਾਨਾ ਲਾ ਕੇ ਗੁਰੂ ਗੋਬਿੰਦ ਸਿੰਘ ਨੇ ਛੱਡ ਦਿੱਤਾ। ਉਹ ਵਲੈਤੀ ਜੀ ਢਾਲ ਚੀਰ ਕੇ, ਲੋਹੇ ਦੀ ਸੰਜਾ ਚੀਰ ਕੇ ਜਦੋਂ ਛਾਤੀ ਵਿੱਚ ਵੱਜਿਆ, ਹਰੀ ਚੰਦ ਮਾਰੇ ਸੋ ਜੋਧਾ ਲਤਾਰੇ, ਜਿਹੜਾ ਘੋੜਿਆਂ ਦੀਆਂ ਕਾਠੀਆਂ ਤੇ ਨੱਚਦਾ ਸੀ, ਇੱਕ ਤੀਰ ਦੀ ਮਾਰ ਨਾਲ ਘੋੜਿਆਂ ਦੇ ਪੌੜਾਂ ਹੇਠ ਲੜਾ ਕੇ ਲਟਾ ਕੇ ਮਿੱਟੀ ਵਿੱਚ ਵਜੂਦ ਖਤਮ ਕਰਕੇ 22 ਧਾਰ ਦੀਆਂ ਵਾਦੀਆਂ ਵਿੱਚ ਗੁਰੂ ਗੋਬਿੰਦ ਨੇ ਦਫਨ ਕਰਕੇ ਸੁੱਟ ਦਿੱਤਾ ਹੈ।
फिर कह दवा गिदड़ा दिया डारा शेरा अगे टिक नहीं सकदियां, 14 जंग उन्हें इदा जिते ने, उदे सामने अड़ेगा कौन। निम्रता वेखियो, हाथ जुड़ गए, जंग जित के हाथ जुड़ गए। ते किसे ने आख्या महाराज बड़ी बरकत नाल जंग जिते आए, कहिंदे नहीं भई जीत मेरी कृपा काल केरिए, ते काल दी प्रभु दी कृपा नाल मैं जित्या हां। बड़ी निर्माणता दी मूरत सन इस मैदाने जंग अंदर। दो लाल पीर बुद्धू शाह दे शहीद होए, जंग जित लिया। पीर बुद्धू शाह दो पुत शहीद करवा के कलगीधर पातशाह कोलों कंघे विचले केस कंघे समेत भेटा दे रूप विच लैके दस्तार कटार कंघा लैके घर गया। हुण मावां थोड़ा जिहा ध्यान दिओ, क्योंकि मावां दे जदों लाल नाना रहण, मां लई इहदे नालों घाटे बंदा सौदा कोई नहीं हुंदा। आपां पीर बुद्धू शाह दी शहादत नूं याद करन लई बैठे हैं। अच्छा, पीर बुद्धू शाह वेड़े च खलोता है। बीबी नसीरा ने अपने पति परमेश्वर दे चरणा ते मथा टेकिया, ते उठ के सारे वेड़े विच नजर दौड़ाई है। चार छपेरे मां नूं अज हनेरा लगा है, मां नूं अज हनेरा जापिया है। सीना तड़किया, लत्तां कंब गईयां। पीर बुद्धू शाह नूं बीबी नसीरा आखन लगी, मेरे शौहर, हे मेरे पति परमेश्वर, मैं जान लग्या तुहानूं कल्या नहीं सी तोरिया। जदों वेड़े चों विदा कीता सी, मैं तुहानूं कल्या नूं नहीं सी तोरिया, तुहाडी वाहद हस्ती कली नहीं सी तोरी। मैं तुहानूं मैदाने जंग विच तोरन लग्या, अपनी अखां दी लो, अपनी जिंद, अपनी जान, अपनियां आंदरां नाल पैदा कीते ओ चार लाल दे के तोरिया सी, जिन्हां दे विचों अज दो नजरी नहीं आउंदे, ओ किथे ने। उस मां ने कहा, अज घर कल्ले आ गए हो, मेरे घर दी रौनक लैके गए सी, सुखां लदे मेरे लाल नजरी नहीं आउंदे। ओ मेरे पुत्र किथे ने, मेरे चानण मुनारे किथे ने, जिन्हां नूं मैं दुखां दर्दां तकलीफां झल के जन्म दिता है, जिन्हां नूं अपनी जवानी घोल घोल के दुध बना के पियाई है। मावां जवानी घोल के बच्चे नूं पिया दिंदियां ने, ओ बच्चे नहीं दिखदे मैनूं। एक बजुर्ग कहिंदा है, देखो, वो कहिंदा है, दो लफ्जों में पोशीदा कुल मेरी कहानी है, दो लफ्जों में पोशीदा कुल मेरी कहानी है, एक लफ्ज बुढ़ापा है, एक लफ्ज जवानी है, यह आलमे फानी भी क्या खूब जमाना है, अंजाम बुढ़ापा है, आगाज जवानी है, इस इल्मे फानी की जो चीज है वो फानी है, 100 दिन का बुढ़ापा है, 2 दिन की जवानी है। जवानी ते अगे थोड़े समय दी है, मावां ओ भी घोल के बच्चे नूं प्यार दिंदियां ने, ओ मेरे लाल नहीं दिखदे, ओ मेरे बच्चे कदे नदरी नहीं आउंदे। मां ने पुछया, ओ किथे ने? पीर जी मैनू दसो, मेरे बच्चे किथे ने? कोई पाणा ते नहीं वरताए, किते मेरा चढ़िया चन्न ते नहीं डबाए, किते मेरे सूरज दे टुकड़े सदा लई अस्त ते नहीं कराए। बीबी नसीरा ने, घरवाली ने, पीर बुद्धू शाह दी घरवाली ने आख्या, मेरे लाल किथे ने? ते पीर बुद्धू शाह ने जवाब दिता, नसीरा बड़ा फायदे बंदा सौदा होया है। वेखो गुरमुखां विच बरकत, बड़ा फायदे बंदा सौदा होया है। नसीरा ने लम्मा हौका लिया ते समझ गई, कहिंदी एक गल दा जवाब दिओ,
ਦੁਨੀਆ ਵਿੱਚ ਬੜੇ ਝੂਠੇ ਪਾਤਸ਼ਾਹ ਨੇ, ਜਦੋਂ ਉਹਨਾਂ ਲਈ ਕੋਈ ਲੜ ਕੇ ਸ਼ਹੀਦ ਹੁੰਦਾ ਹੈ ਤੇ ਹੀਰੇ ਜਵਾਹਰਾਤ ਮਿਲਦੇ ਨੇ। ਤੇ ਤੁਸੀਂ ਕਲਗੀਧਰ ਨੂੰ ਸੱਚਾ ਪਾਤਸ਼ਾਹ ਕਹਿੰਦੇ ਹੋ, ਇਸ ਸੱਚੇ ਪਾਤਸ਼ਾਹ ਦੇ ਲਈ ਮੇਰੇ ਲਾਲ ਸ਼ਹੀਦ ਕਰਵਾ ਆਏ ਹੋ, ਬਦਲੇ ਵਿੱਚ ਕੀ ਮਿਲਿਆ ਹੈ? ਨਾਲੇ ਅੱਖਾਂ ਤੋਂ ਜ਼ਾਰੋ ਜ਼ਾਰ ਰੋਂਦੀ ਹੈ ਮਾਂ, ਨਾਲੇ ਵੈਰਾਗ ਵਿੱਚ ਸਵਾਲ ਕਰਦੀ ਹੈ ਤੇ ਪੀਰ ਬੁੱਧੂ ਸ਼ਾਹ ਨੇ ਕੱਪੜੇ ਦੀ ਤਹਿ ਖੋਲੀ, ਉੱਥੇ ਇੱਕ ਕੰਘਾ ਪਿਆ ਹੈ, ਨਾਲ ਦੋ ਚਾਰ ਕੇਸ ਲੱਗੇ ਹੋਏ ਨੇ, ਇੱਕ ਕਟਾਰ ਪਈ ਹੈ, ਇੱਕ ਦਸਤਾਰ ਹੈ। ਗੁਰੂ ਪਾਤਸ਼ਾਹ ਦੀਆਂ ਨਿਸ਼ਾਨੀਆਂ ਨੇ, ਕਹਿੰਦੇ ਦੇਖ ਨਸੀਰਾਂ, ਮੇਰੇ ਯਾਰ ਨੇ ਮੈਨੂੰ ਇਹ ਸੌਗਾਤਾਂ ਦਿੱਤੀਆਂ ਨੇ। ਸਮਝਿਓ ਪੀਰ ਬੁੱਧੂ ਸ਼ਾਹ ਨੂੰ, ਦੇਖ ਨਸੀਰਾਂ, ਮੇਰੇ ਯਾਰ ਨੇ ਮੈਨੂੰ ਸੌਗਾਤਾਂ ਦਿੱਤੀਆਂ ਨੇ। ਮੇਰੇ ਯਾਰ ਨੇ ਨਸੀਰਾਂ ਮੈਨੂੰ ਸੌਗਾਤਾਂ ਦਿੱਤੀਆਂ ਨੇ। ਕਹਿੰਦੀ ਇਹ ਬੁਝਾਰਤਾ ਨਾ ਪਾਓ, ਮੈਨੂੰ ਦੱਸੋ ਮੇਰੇ ਲਾਲ ਕਿੱਥੇ ਨੇ। ਕਹਿੰਦੇ ਵੇਖ ਨਸੀਰਾਂ, ਇਹ ਮਾਮੂਲੀ ਸੌਗਾਤਾਂ ਨਹੀਂ, ਮੇਰੇ ਗੁਰੂ ਗੋਬਿੰਦ ਸਿੰਘ ਦੇ ਪਾਕ ਜਿਸਮ ਦੇ ਕੇਸ, ਸਭ ਤੋਂ ਕੀਮਤੀ ਹਿੱਸਾ ਆਪਣੇ ਜਿਸਮ ਦਾ ਕਲਗੀਧਰ ਨੇ ਮੇਰੀ ਝੋਲੀ ਪਾ ਦਿੱਤਾ ਹੈ। ਦੇਖ ਨਸੀਰਾਂ, ਖੁਦਾ ਦੇ ਨੂਰ ਗੁਰੂ ਗੋਬਿੰਦ ਸਿੰਘ ਨੂੰ ਮਿੱਤਰ ਬਣਾਉਣ ਲਈ ਜਨਮਾਂ ਜਨਮਾਂਤਰਾਂ ਦੀ ਬੰਦਗੀ ਚਾਹੀਦੀ ਹੈ। ਸੌਗਾਤ ਉਹਨੂੰ ਦਿੱਤੀ ਜਾਂਦੀ ਹੈ ਜਿਹੜਾ ਮਿੱਤਰ ਬਣ ਜਾਵੇ, ਤੇ ਨਸੀਰਾਂ ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ ਈ, ਵੱਡੇ ਨਸੀਬ ਨੇ ਮੇਰੇ, ਜਿਹਦੇ ਚਰਨਾਂ ਦੀ ਧੂੜੀ ਲੋਚਦੇ ਨੇ ਦੇਵੀ ਦੇਵਤੇ, ਉਹ ਮੇਰਾ ਯਾਰ ਬਣ ਗਿਆ ਈ। ਪ੍ਰੀਤਮ ਸਿੰਘ ਕਾਸਦ ਨੇ ਇੱਕ ਕਵਿਤਾ ਲਿਖੀ ਹੈ, ਦੇਖ ਨਸੀਰਾਂ ਮੇਰੇ ਨਸੀਬ, ਦੇਖ ਨਸੀਰਾਂ ਮੇਰੇ ਨਸੀਬ, ਜ਼ੋਰ ਕਰ ਗਏ ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਵੇਖ ਮੇਰੇ ਨਸੀਬ ਕਿੱਡੇ ਪਾਕ ਨੇ। ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਯਾਰ ਬੜਾ ਔਖਾ ਬਣਦਾ, ਜੇ ਉਹ ਇਹ ਸੌਖਾ ਨਹੀਂ ਹੈ। ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਇੱਕ ਤਿਲ ਵੀ ਨਾ ਤਰੀਜੈ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ, ਹਉ ਫਿਰੋ ਖੋਜੰਤੀਆ, ਤਿਸ ਦਸ ਪਿਆਰੇ, ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਉਹਦੇ ਤੇ ਕੁੱਲ ਕਾਇਨਾਤ ਤਰਲੇ ਲੈਂਦੀ ਹੈ ਵੀ ਕਿਤੇ ਇੱਕ ਝਲਕ ਵਿਖਾ ਦੇ ਨਸੀਰਾ। ਉਹ ਗੁਰੂ ਗੋਬਿੰਦ ਸਿੰਘ ਜਨਮਾਂ ਜਨਮਾਂਤਰਾਂ ਤੱਕ ਬੰਦਗੀ ਕਰਕੇ ਜਿਹਦੀ ਇੱਕ ਝਲਕ ਨਹੀਂ ਲੱਭਦੀ, ਮੇਰਾ ਯਾਰ ਬਣ ਗਿਆ ਹੈ ਉਹ। ਤੇ ਨਸੀਰਾ ਨੇ ਆਖਿਆ, ਮੇਰੇ ਪੁੱਤਰ ਕਿੱਥੇ ਨੇ? ਪਹੇਲੀਆਂ ਨਾ ਪਾਓ, ਮਾਂ ਤੇ ਮਾਂ ਸੀ, ਮੇਰੇ ਪੁੱਤਰ ਕਿੱਥੇ ਨੇ? ਪੀਰ ਬੁੱਧੂ ਸ਼ਾਹ ਕਹਿੰਦਾ, ਨਸੀਰਾਂ ਤੂੰ ਭਾਗਾਂ ਵਾਲੀ ਹੈ, ਤੇਰੇ ਪੁੱਤਰ ਅਕਾਲ ਸੈਨਾ ਵਿੱਚ ਭਰਤੀ ਹੋ ਗਏ ਨੇ, ਤੇਰੇ ਪੁੱਤਰ ਗੁਰੂ ਗੋਬਿੰਦ ਸਿੰਘ ਦੀ ਫੌਜ ਵਿੱਚ ਭਰਤੀ ਹੋ ਗਏ ਨੇ। ਗੁਰੂ ਗੋਬਿੰਦ ਸਿੰਘ ਦੀ ਫੌਜ ਵਿੱਚ ਭਰਤੀ ਹੋ ਕੇ ਸ਼ਹਾਦਤ ਪ੍ਰਾਪਤ ਕਰਕੇ ਉਹਦੇ ਨਿਰਗੁਣ ਸਰੂਪ ਅਕਾਲ ਪੁਰਖ ਦੀ ਫੌਜ ਵਿੱਚ ਸਦਾ ਲਈ ਭਰਤੀ ਹੋ ਗਏ ਨੇ। ਇਹ ਵਾਕਿਆ ਹੀ ਹੈ। ਇੱਕ ਮੁਸਲਮਾਨ ਅੱਲਾ ਯਾਰ ਖਾਂ ਨੂੰ ਕਿਸੇ ਨੇ ਪੁੱਛਿਆ ਵੀ ਗੁਰੂ ਗੋਬਿੰਦ ਸਿੰਘ ਕੌਣ ਹੈ? ਵੋ ਦੇਖੋ, ਫਾਰਸੀ ਵਿੱਚ ਲਿਖਦਾ ਹੈ, ਵੋ ਦੇਖੋ ਰਨ ਮੇਂ ਤੇਗ ਬਹਾਦਰ ਕਾ ਲਾਲ ਹੈ। ਉਹ ਮੁਸਲਮਾਨ ਕਹਿੰਦਾ ਹੈ, ਮੈਂ ਕਿਹਾ ਸੀ ਸ਼ੁਰੂ ਵਿੱਚ, ਮੁਸਲਮਾਨ ਦੀ ਕਲਮ ਹੈ, ਸਿੱਖ ਦੀ ਹੈ, ਹਿੰਦੂ ਦੀ ਹੈ, ਗੁਰੂ ਗੋਬਿੰਦ ਸਿੰਘ ਦੀ ਚਮਕ ਨੂੰ ਹਰ ਇੱਕ ਨੇ ਵਡਿਆਇਆ ਹੈ, ਕਿਉਂਕਿ ਉਹਦੇ ਵਰਗੀ ਚਮਕ ਦੁਨੀਆ ਤੇ ਕਿਸੇ ਗੁਰੂ ਪੀਰ ਰਹਿਬਰ ਦੀ ਹੋਈ ਨਹੀਂ ਹੈ। ਵੋ ਦੇਖੋ, ਵੋ ਦੇਖੋ ਰਨ ਮੇਂ ਤੇਗ ਬਹਾਦਰ ਕਾ ਲਾਲ ਹੈ, ਵੋ ਦੇਖੋ ਰਨ ਮੇਂ ਸਰਦਾਰੇ ਫੌਜੇ ਅਕਾਲ ਹੈ, ਤਲਵਾਰ ਦਸਤ ਰਸਤ ਮੇਂ ਹੈ, ਚਪ ਮੇਂ ਢਾਲ ਹੈ। ਵੋ ਦੇਖੋ, ਵੋ ਦੇਖੋ ਰਨ ਮੇਂ ਤੇਗ ਬਹਾਦਰ ਕਾ ਲਾਲ ਹੈ, ਤਲਵਾਰ
दस्त रस्त में है, चपल में ढाल है, सूरज के सर पर बद्र भी है और हिलाल है। सर्वरे अकाल, अकाल पुरख दा वजीर है गुरु गोबिंद सिंह, अकाल पुरख दा स्वरूप है गुरु गोबिंद सिंह, ते अकाल पुरख दी फौज दे विच सदा लई भर्ती हो गए ने नसीरा तेरे लाल। जिस अकाल पुरख दे चरना तक पहुंचन दे लई लखां जन्म लगदे ने, गुरु गोबिंद सिंह ने इसे जन्म विच ही टिकटां दे दित्तियां। तेरे पुत्र हिक डा के लड़े, तेरे पुत्रां ने मैदाने जंग विच कंड नहीं दित्ती, कायरां वांगू पिठ पका के नहीं दौड़े। गुरु गोबिंद सिंह ने खुश होके तेरे पुत्रां नूं नसीरां अपनी अकाली फौज विच भर्ती करके शहीदी दा रुतबा दे दिता है। जेड़ा कुरान भी मनदी है भी दुनिया विच सब तो पाक ते उच्चा रुतबा है। जे नसीरा घर विच मंजे ते पए मर जांदे, मौत ते आउणी है, याद किन्ने करना सी। शहादत दी पाक अवधी नूं माणिया है, रहिंदी दुनिया तक तेरे लाल। गुरु गोबिंद सिंह रूपी चंद्रमे दे इर्द गिर्द किसे ध्रुव तारे नो वद चमक रखणगे। अमर हो गए ने तेरे लाल, तेरे लाल। गुरु गोबिंद सिंह दे दर ते प्रवान होए ते वेख मेरा मित्र बन गया। पता क्यों? कहिंदा मेरे जीवन दी सब तो कीमती सौगात सी मेरे लाल, मैं गुरु गोबिंद सिंह दे चरना तो फिदा कर दिते। ते गुरु गोबिंद सिंह ने अपने जीवन दी सब तो कीमती सौगात अपने वौदियां कंगे नाल लगे हुए केस मेरी झोली पा दिते। नसीरा याद रख, गुरु गोबिंद सिंह नूं मैं अपने पुत्र दे के अपने महबूब पासों दियां निशानियां खट लईयां ने, ते ए ओ निशानियां ने रहिंदी दुनिया तक जिन्ना निशानियां करके मेरे परिवार दी लोक पूजा करनगे। अज भी जिस घर भी गुरु दा शस्त्र पिया है, गुरु दा हुक्मनामा पिया है, गुरु दी दस्तार ते चोले पए ने, लोक उन्हां दे चरणां विच सीस झुकाउंदे ने। ते जे गुरु दियां सौगातां ना हुंदियां ते पीर बुद्धू शाह दे परिवार नूं किन्ने पुछणा सी, इत्थे कई जोगी पीर रुलदे फिरदे ने। नशीरा फायदेमंदा सौदा, पुत्रां बदले, कहिंदी पुत्रां बदले कंघा, ध्यान दिओ थोड़ा जिहा, पुत्रां बदले कंघा कटार दस्तार, इहदी की कीमत है? किथे बहुमुले पुत्र, किथे किथे कलगी धरदे, ए दो चार केस, इन्हां दी कीमत की है? कहिंदे नसीरां, पंज सत मिंट विच आपां समाप्ति करिए। कहिंदे नसीरां, तू गुरु गोबिंद सिंह दे केसां दी कीमत नूं जाणदी नहीं है। भाई नंद लाल ने कीमत दसी है, कहिंदे जेड़ा मेरा यार गुरु गोबिंद सिंह है ना, दीन दुनिया दर कमंदे, आ पेरी रुक सार मा, बर दो आलम कीमते यक तार मुए यार मा, दीन दुनिया दर कमंदे, आ पेरी रुक सार मा, हर दो आलम कीमते यक तार मुए यार मा। आखन लगे बीबी नसीरा, गुरु गोबिंद सिंह दे दोआं केसां दी कीमत लोक ते परलोक कठे होके भी उन्हां दा मुल नहीं तार सकदे। गुरु गोबिंद सिंह दे केस अमुले ने, दातां अमुलियां ने, तिन्ना लोकां दी जायदाद भी इन्हां दा मुल नहीं उतार सकदी। ऐसा गुरु गोबिंद सिंह। नसीरा रो पई, वैराग आ गया, ते रोंदिया रोंदिया ना अख लग गई। कलगीधर पातशाह सुपने विच आए, वेखो सारी दिहाड़ी नाम जपण वाला सुपने च नाम ही बुड़बड़ाउंदा है, गालां कढ़न वाला सुता भी गालां ही कढ़दा है, जो सारी दिहाड़ी जागदे करोगे सुत्या भी उही हुंदा है। कबीर, सुपने हूं बरड़ाए कै जह मुख निकसै राम, ये है सारी दिहाड़ी जेड़ा नाम जपदा रात नूं सुता भी बड़बड़ाउंदा कई बार। मां नसीरां दी
ਸੁਪਨ ਦੀ ਦੁਨੀਆ ਵਿੱਚ ਗੁਰੂ ਗੋਬਿੰਦ ਸਿੰਘ ਦੀਦਾਰੇ ਦੇ ਰਿਹਾ ਹੈ, ਤੀਰ ਮੱਥੇ 'ਤੇ ਰੱਖਿਆ। ਕਹਿੰਦੇ ਨਸੀਰਾਂ, ਕਹਿੰਦੇ ਮੇਰੀਏ ਧੀਏ, ਤੂੰ ਆਪਣੇ ਪੁੱਤਰਾਂ ਦੇ ਦੀਦਾਰੇ ਕਰਨੇ ਚਾਹੁੰਦੀ ਹੈ, ਤੂੰ ਮੇਰੇ ਪਿਆਰੇ ਪੀਰ ਬੁੱਧੂ ਸ਼ਾਹ ਨੂੰ ਲਾਮਾ ਦਿੱਤਾ ਵੀ ਪੁੱਤਰ ਗਵਾਚ ਗਏ ਨੇ, ਨਸੀਰਾਂ ਵੈਰਾਗ ਨਾ ਕਰ, ਅੱਖਾਂ ਖੋਲ ਕੇ ਵੇਖ, ਤੇਰੇ ਪੁੱਤਰ ਗਵਾਚੇ ਨਹੀਂ, ਤੇਰੇ ਪੁੱਤਰ ਨੂਰ ਵਿੱਚ ਅਭੇਦ ਹੋ ਗਏ, ਤੇਰੇ ਪੁੱਤਰ ਵੇਖ ਮੇਰੀ ਗੋਦ ਵਿੱਚ ਬੈਠੇ ਨੇ, ਜਿਹੜੀ ਗੋਦ ਜਨਮਾਂ ਜਨਮਾਂਤਰਾਂ ਦੀ ਬੰਦਗੀ ਨਾਲ ਨਸੀਬ ਨਹੀਂ ਹੁੰਦੀ, ਤੇਰੇ ਪੁੱਤਰਾਂ ਨੂੰ ਆਹ ਵੇਖ ਨਸੀਬ ਹੋ ਗਈ ਹੈ, ਆਹ ਵੇਖ ਤੇਰੇ ਪੁੱਤਰ ਖਾਕ ਨੂਰ ਕਰਦੰ ਆਲਮ ਦੁਨੀਆ ਏ। ਕਹਿੰਦੇ ਮਿੱਟੀ ਮਿੱਟੀ ਵਿੱਚ ਰੁਲ ਗਈ, ਮਿੱਟੀ ਦਾ ਸਰੀਰ ਸੀ ਮਿੱਟੀ ਚ ਰੁਲ ਗਿਆ, ਤੇ ਜਿਹੜੀ ਜੋਤ ਸੀ ਉਹ ਨੂਰ ਵਿੱਚ, ਨੂਰ ਨੂਰ ਵਿੱਚ ਮੇਰੇ ਚਰਨਾਂ ਵਿੱਚ ਮਿਲ ਗਏ ਨੇ, ਹੋਰ ਨਸੀਰਾਂ ਕੀ ਚਾਹੁੰਦੀ ਹੈ, ਆਹ ਵੇਖ ਪੁੱਤਰ ਤੇਰੇ ਲੱਭ ਗਏ ਨੇ। ਨਸੀਰਾਂ ਦੀ ਅੱਖ ਖੁੱਲੀ, ਫਿਰ ਰੋਣ ਲੱਗ ਪਈ। ਪੀਰ ਬੁੱਧੂ ਸ਼ਾਹ ਨੇ ਆਖਿਆ, ਨਸੀਰਾਂ ਕਿਉਂ ਰੋਣੀ ਹੈ, ਇੱਕ ਵਾਰ ਦੱਸ ਦਿੱਤਾ ਹੈ, ਸ਼ਹੀਦ ਹੋ ਗਏ, ਪ੍ਰਵਾਨ ਹੋ ਗਏ। ਨਸੀਰਾਂ ਕਹਿੰਦੀ, ਇਹ ਰੋਣਾ ਉਹ ਨਹੀਂ ਹੈ ਜਿਹੜਾ ਸੌਣ ਤੋਂ ਪਹਿਲਾਂ ਰੋਈ ਸੀ ਮੈਂ। ਕਹਿੰਦੀ, ਪਤੀ ਪਰਮੇਸ਼ਰ, ਇਹ ਰੋਣਾ ਕਿਸੇ ਹੋਰ ਗੱਲ ਦਾ ਹੈ, ਇਹ ਰੋਣਾ ਕਿਹੜਾ ਹੈ। ਕਹਿੰਦੇ, ਪਹਿਲਾਂ ਤੇ ਮੈਂ ਰੋਈ ਸੀ ਵੀ ਮੇਰੇ ਦੋਵੇਂ ਲਾਲ ਗਵਾ ਆਏ ਹੋ, ਹੁਣ ਰੋਣਾ ਖੁਸ਼ੀ ਦਾ ਹੈ, ਮੇਰੇ ਦੋਵੇਂ ਲਾਲ ਜਿਹੜੇ ਮਿੱਟੀ ਵਿੱਚ ਗਵਾਚੇ ਸੀ, ਉਹ ਕੁੱਲ ਕਾਇਨਾਤ ਨੂੰ ਨੂਰ ਬਖਸ਼ਣ ਵਾਲੇ ਗੁਰੂ ਗੋਬਿੰਦ ਸਿੰਘ ਦੀ ਝੋਲੀ ਵਿੱਚ ਮੈਨੂੰ ਲੱਭ ਪਏ ਨੇ। ਇਹ ਖੁਸ਼ੀ ਦਾ ਰੋਣਾ ਹੈ, ਆਨੰਦ ਭਇਆ ਮੇਰੀ ਮਾਏ। ਕਿਉਂ ਆਨੰਦ ਹੈ, ਕਿਉਂ ਖੁਸ਼ੀ ਹੈ? ਸਤਿਗੁਰੂ ਮੈਂ, ਸਤਿਗੁਰੂ ਕਿਹਨਾਂ ਨੂੰ ਮਿਲਦਾ ਹੈ? ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰਾ। ਸ਼ਹੀਦਾਂ ਸਤਿਪੁਰਸ਼ਾਂ ਨੂੰ ਸਿੱਧੀ ਗੁਰੂ ਗੋਬਿੰਦ ਦੀ ਗੋਦ ਮਿਲਦੀ ਹੈ, ਨਹੀਂ ਤੇ ਫਿਰ ਲੱਖਾਂ ਜਨਮ ਲੱਗ ਜਾਂਦੇ ਨੇ ਉੱਥੋਂ ਤਾਈਂ ਪਹੁੰਚਦੇ ਹਾਂ। ਮਾਂ ਨਸੀਰਾਂ ਭਾਣਾ ਮੰਨ ਗਈ, ਪੀਰ ਬੁੱਧੂ ਸ਼ਾਹ ਭਾਣੇ ਵਿੱਚ ਹੈ। ਮੁਗਲਾਂ ਨੂੰ ਪਤਾ ਲੱਗਿਆ ਸੀ ਇਹ ਸਾਰਾ ਪਰਿਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਸਹਾਇਤਾ ਦਿੰਦਾ ਰਿਹਾ ਹੈ, ਸਰਕਾਰ ਦੇ ਨਾਲ ਇੰਨਾ ਮੱਥਾ ਲਾਇਆ। ਅਸਮਾਨ ਖਾਨ ਹਾਕਮ ਸੀ ਸਡੌਰੇ ਦਾ, ਉਸ ਅਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਨੂੰ ਫਿਰ ਕਤਲ ਕਰਵਾਇਆ ਸੀ, ਸ਼ਹੀਦ ਕਰਵਾਇਆ ਸੀ, ਕਤਲ ਕਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਦੀ ਸਹਾਇਤਾ ਕਰਨ ਦੇ ਦੋਸ਼ ਵਿੱਚ। ਕਤਲ ਕਰਕੇ ਦੀਨ ਦੁਨੀਆ ਦੇ ਨਕਸ਼ੋ ਕਦਮ ਉੱਤੇ ਆਪਣੇ ਵੱਲੋਂ ਤੇ ਉਹਨੂੰ ਮਿਟਾ ਦਿੱਤਾ, ਸੂਲੀ ਲਟਕਾ ਦਿੱਤਾ, ਫਾਂਸੀ ਚੜਾ ਦਿੱਤਾ, ਪਰ ਸਮੁੱਚੇ ਜਗਤ ਦੇ ਅੰਦਰ ਉਹ ਸਰੀਰ ਕਰਕੇ ਮਿਟ ਗਿਆ, ਗੁਰੂ ਗੋਬਿੰਦ ਸਿੰਘ ਦੀ ਕਿਰਪਾ ਸਦਕਾ ਨਾਮ ਕਰਕੇ ਅਮਰ ਹੋ ਗਿਆ। ਅੱਜ ਉਹਦੀ ਯਾਦ ਵਿੱਚ ਆਪਾਂ ਬੈਠੇ ਹਾਂ। ਗੁਰੂ ਗੋਬਿੰਦ ਸਿੰਘ ਲਈ ਆਪਾ ਵਾਰਨ ਵਾਲੇ ਮਹਾਂਪੁਰਸ਼ ਪੀਰ ਬੁੱਧੂ ਸ਼ਾਹ, ਆਓ ਅਰਦਾਸ ਕਰੀਏ ਇਹੋ ਜਿਹੇ ਸਤਿਪੁਰਸ਼ਾਂ ਸਾਧੂਆਂ ਦੇ ਜੀਵਨ ਵਿੱਚੋਂ ਸਾਨੂੰ ਕੋਈ ਸੇਧ ਮਿਲੇ, ਅਸੀਂ ਵੀ ਗੁਰੂ ਨੂੰ ਯਾਰ ਬਣਾ ਸਕੀਏ, ਗੁਰੂ ਨੂੰ ਖੁਸ਼ ਕਰ ਸਕੀਏ, ਜੀਵਨ ਵੀ ਖੁਸ਼ ਕਰਨ ਲਈ ਮਿਲਿਆ ਹੈ। ਠੀਕ ਹੈ, ਸਾਡੇ ਤੋਂ ਖੁਸ਼ ਹੁੰਦਾ ਹੀ ਨਹੀਂ ਹੈ, ਜੀਵਨ ਤਾਂ ਇਸੇ ਲਈ ਮਿਲਿਆ ਭਾਈ। ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹੋ ਤੇਰੀ ਬਰੀਆ, ਸਾਨੂੰ ਮਿਲਦਾ ਹੀ ਨਹੀਂ ਹੈ। ਤਰਲਾ ਲਈਏ ਵੀ ਜਿੱਦਾਂ ਪੀਰ ਬੁੱਧੂ ਸ਼ਾਹ ਨੂੰ ਮਿਲਿਆ ਹੈ, ਸਾਡੇ 'ਤੇ ਕਿਰਪਾ ਕਰ, ਨਿਰਮਲ ਬੁੱਧੀ ਬਖਸ਼, ਬਾਣੀ ਪੜ੍ਹੀਏ, ਸੇਵਾ ਕਰੀਏ ਅਤੇ ਤੇਰੇ ਚਰਨਾਂ ਵਿੱਚ ਅਭੇਦ ਹੋ ਸਕੀਏ। ਇੱਥੇ ਹੀ ਦਾਸ ਆਪਣੇ ਵਿਚਾਰ ਨੂੰ ਸੰਕੋਚ ਲਵੇ, ਭੁੱਲ ਚੁੱਕ ਦੀ ਖਿਮਾ, ਵਿਚਾਰ ਕਰਦਿਆਂ ਬੇਅੰਤ ਤਰੁੱਟ